ਫਿਲਮ ਬਣ ਰਹੀ ਹੈ 376 ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੂੰ ਲੀਡ ਕੀਤਾ ਸੀ ਬਾਬਾ ਗੁਰਦੇਵ ਸਿੰਘ ਜੀ ਨੇ ਫਿਲਮ ਸ਼ਿਪ ਤੇ ਨਹੀਂ ਬਣ ਰਹੀ ਹੈ ਐਂਟਾਈ ਪੰਜਾਬੀ ਫੋਰਸਸ ਨੇ ਨਾ ਉਹ ਐਂਟਾਈ Hindu ਵੀ ਨੇ ਐਂਟਾਈ ਸਿੱਖ ਵੀ ਨੇ ਤੇ ਐਂਟਾਈ ਮੁਸਲਮ ਵੀ ਨੇ ਜੀ ਉਹ ਨਹੀਂ ਚਾਹੁੰਦੀਆਂ ਕਿ ਪੰਜਾਬੀਆਂ ਦੀ ਗੱਲ ਹੋਵੇ ਜਦੋਂ ਤੁਸੀਂ ਇਸ ਪੱਧਰ ਤੇ ਫਿਲਮ ਬਣਾਉਣੀ ਹੈ ਤੁਹਾਡੀ ਇੱਕ ਆਬਵੀਅਸਲੀ ਰਿਸਰਚ ਟੀਮ ਕੰਮ ਕਰਦੀ ਹੈ ਐਬਸੋਲੂਟਲੀ ਸੋ ਮੈਨੂੰ ਸਮਝ ਨਹੀਂ ਆ ਰਹੀ ਵੀ ਉਹ ਰਿਸਰਚ ਟੀਮ ਨੇ ਕੀ ਰਿਸਰਚ ਕੀਤਾ ਹੈ ਕੌਣ ਤੁਹਾਨੂੰ ਕੌਣ ਤੰਗ ਕਰ ਰਿਹਾ ਵੀ ਕੌਣ ਥਾਟਾ ਜਿੰਦਾ ਗਲਾ ਕਟ ਰਿਹਾ ਵੀ ਇਹਨੂੰ ਕੋਮਾਗਾਟਾ ਕਹੋ ਜੋ ਮੈਂ ਪਰਸਨਲੀ ਮੰਨਦਾ ਆ ਵੀ ਗੁਰੂ ਨਾਨਕ ਦਾ ਨਾਮ ਵਰਤ ਕੇ ਤੇ ਦੁਨੀਆ ਕਿਤੇ ਦੀ ਕਿਤੇ ਚਲੀ ਗਈ ਆ ਬਿਲਕੁਲ ਸੋ ਇਹ ਨਾਮ ਰੱਖਣ 'ਚ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ ਜੇ ਹੈਗਾ ਤੇ ਪਤਾ ਹੋਣਾ ਚਾਹੀਦਾ ਵੀ ਕਿਉਂ ਹੈ ਜੋ ਇਹਦਾ ਸਹੀ ਨਾਮ ਉਸ ਜਹਾਜ਼ ਦਾ ਸੀਗਾ ਗੁਰਨਾਨਕ ਜਹਾਜ਼ ਉਹ ਅਸੀਂ ਇਹ ਡਿਮਾਂਡ ਕਰਦੇ ਆ ਇਹ ਸਾਡੀ ਰਿਕੁਐਸਟ ਨਹੀਂ ਹੈਗੀ ਫੈਡਰਲ ਗਵਰਨਮੈਂਟ ਤੋਂ ਇਹ ਸੇ ਡਿਮਾਂਡ ਆਪਾਂ ਕਹਿੰਨੇ ਆ ਨਾਨਕ ਨਾਮ ਜਹਾਜ਼ ਹੈ ਛੇੜੇ ਤੋਂ ਉੱtre ਪਾਸ ਇਹ ਤਾਂ ਇਹਨਾਂ ਨੇ ਪਾਰ ਉਤਰ ਨਹੀਂ ਦਿੱਤਾ ਤੁਹਾਡੀ ਹਿੰਮਤ ਕਿੱਦਾਂ ਪੈ ਰਹੀ ਹੈ ਸਾਡੇ ਗੁਰੂ ਸਾਹਿਬ ਦਾ ਨਾਮ ਉੱਥੇ ਲਿਖਣ ਦੀ ਫੇਰ ਉਹ ਵੀ ਕਾਮਾਗਾਟਾ ਮਾਰੂ ਦੇ ਹੇਠਾਂ ਤਰਸੇਮ ਜੱਸੜ ਤੇ ਟੀਮ ਵਟਪਾਗੀ ਵੇਖੋ ਵੀ ਉਹਨਾਂ ਕੋਲ ਅੱਜ ਮੌਕਾ ਹੈ ਵੀ ਹਿਸਟੋਰਿਕਲੀ ਹਿਸਟਰੀ ਦੇ ਵਿੱਚ ਇੱਕ ਬਲੰਡਰ ਜਿਹੜਾ ਹੋਇਆ ਉਹਨੂੰ ਕਰੈਕਟ ਕਰਕੇ ਉਹਦਾ ਸਹੀ ਨਾਮ ਰੱਖ ਕੇ ਇੱਕ ਫਿਲਮ ਬਣਾ ਦੇਣ ਕੁਝ ਤੋਂ ਬਾਤ ਹੈ ਕਿ ਹਸਤੀ ਮਿੱਟੀ ਨਹੀਂ ਹੈ ہماری ਸਦੀਆਂ ਰਹਾ ਹੈ ਦੁਸ਼ਮਨ ਦੌਰੇ ਦਾ ਮਾ ਹਮਾਰਾ ਡਾਕਟਰ ਮਾਨ ਪਗਲ ਕਰਦੇ ਕਿ ਇਸ ਵੇਲੇ ਮੈਨੂੰ ਵੀ ਪਤਾ ਲੱਗਿਆ ਸੀ ਇੱਕ ਫਿਲਮ ਸ਼ੂਟ ਹੋ ਰਹੀ ਹੈ ਤੇ ਸੇਮ ਜਸਰ ਫਿਲਮ ਸ਼ੂਟ ਕਰ ਰਹੇ ਨੇ ਕੋਮਾਗਾਟਾ ਮਾਰੂ ਉਹਨਾਂ ਦਾ ਟਾਈਟਲ ਫਿਲਮ ਦਾ ਟਾਈਟਲ ਹੈਗਾ ਬਹੁਤ ਮਿਹਨਤ ਕਰ ਰਹੇ ਨੇ ਵਧੀਆ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੰਗੀ ਗੱਲ ਬਹੁਤ ਵਧੀਆ ਐਕਟਰ ਨੇ आ, पर एक डाउट आ मैनू भी सी किाटा मारू वाई ए ना क्यों रखा कि किसी ने इन्होंने दसाया नहीं कि ना तो कुछ होर होना चाहिए हिस्टरी ने तो कुछ होर दस सूँ उ मैं जानना चाहती हाँ भी थोनों लगता फिल्म द टाइटल एप्ट है असी इस बारे जरूर गल करते डू यू हैव एनी ओबजेक्शन टू द टाइटल बिल्कुल है जी ओबजेक्शन कारण ये कि फिल्म बन रही है 376 ਪੰਜਾਬੀਆਂ ਦੇ ਉੱਤੇ ਜਿਨ੍ਹਾਂ ਨੂੰ ਲੀਡ ਕੀਤਾ ਸੀ ਬਾਬਾ ਗੁਰਦੇਵ ਸਿੰਘ ਜੀ ਨੇ ਜੀ ਫਿਲਮ ਸ਼ਿਪ ਤੇ ਨਹੀਂ ਬਣ ਰਹੀ ਆ ਕਿ ਸ਼ਿਪ ਤੇ ਲੋਹਾ ਕਿ ਨਾਲ ਲੱਗਿਆ ਕਿੰਨੇ ਬੰਦੇ ਉੱਥੇ ਕੰਮ ਕੀਤਾ ਪੈਸੇ ਦਿੱਤੇ ਉਹਨਾਂ ਨੂੰ ਕਿ ਨਹੀਂ ਦਿੱਤੇ ਨੇ ਫਿਲਮ ਬਣ ਰਹੀ ਹੈ ਇੱਕ ਜਰਨੀ ਦੇ ਉੱਤੇ ਜਰਨੀ ਆਫ ਚੜਦੀ ਕਲਾ ਜਿਹੜੀ ਕਿ ਬਾਬਾ ਗੁਰਦੇਵ ਸਿੰਘ ਜੀ ਨੇ ਲੀਡ ਕੀਤੀ ਆ ਸੋ ਫਿਲਮ ਤੇ ਨਾਲੇ ਉਹਨਾਂ ਨੇ ਨਾਮ ਰੱਖਿਆ ਜਹਾਜ਼ ਦਾ ਗੁਰਨਾਨਕ ਜਹਾਜ਼ ਜੀ ਫਿਰ ਉਹੀ ਨਾਮ ਹੋਣਾ ਚਾਹੀਦਾ ਉਸ ਤੋਂ ਇਲਾਵਾ ਹੋਰ ਕਿ ਨਾ ਅਕਸੈਪਟੇਬਲ ਹੀ ਨਹੀਂ ਹੋਣਾ ਚਾਹੀਦਾ ਕੋਈ ਅਕਸੈਪਟੇਬਲ ਨਹੀਂ ਹੋਣਾ ਬਿਲਕੁਲ ਠੀਕ ਹੈ ਆ ਰਾਜ ਸਿੰਘ ਪੰਡਾਲ ਜੀ ਉਹਨਾਂ ਨੇ ਦੱਸਿਆ ਵੀ ਇਹ ਬਿਲਕੁਲ ਇੱਕ ਸ਼ਿਪ ਦੀ ਕਹਾਣੀ ਨਹੀਂ ਹੈ ਇਹ ਤਾਂ ਕੁਝ ਹੋਰ ਹੈ ਅਸੀਂ ਕੁਝ ਹੋਰ ਗੱਲ ਕਰ ਰਹੇ ਹਾਂ ਅਸੀਂ ਇੱਕ ਸੈਂਟੀਮੈਂਟਲ ਵੈਲਿਊਜ਼ ਦੀ ਗੱਲ ਕਰ ਰਹੇ ਹਾਂ ਅਸੀਂ ਹਿਸਟਰੀ ਦੇ ਉਸ ਪੰਨੇ ਦੀ ਗੱਲ ਕਰ ਰਹੇ ਹਾਂ ਜਿਸ ਨੂੰ ਕਿਤੇ ਨਾ ਕਿਤੇ ਲੈਟਸ ਸੇ ਡਿਸਟੋਰਟ ਕੀਤਾ ਗਿਆ ਤੇ ਇਹ ਗਲਤ ਨਹੀਂ ਹੋਏਗਾ ਜੇ ਮੈਂ ਕਹਾਂ ਕਿ ਤੁਸੀਂ ਯੂ ਆਰ ਫਾਈਟਿੰਗ ਬੈਕ ਹਿਸਟੋਰੀਕਲ ਡਿਸਟੋਰਸ਼ਨ ਇੱਕ ਤਰੀਕੇ ਦੇ ਨਾਲ ਹਾਂਜੀ ਲਿੰਗਵਿਸਟਿਕ ਯੈਸ ਯਾ ਪਰ ਮੈਨੂੰ ਤੁਸੀਂ ਇਹ ਦੱਸਿਓ ਵੀ ਡਾਕਟਰ ਸਾਹਿਬ ਨੇ ਤਾਂ ਦੱਸਿਆ ਵੀ ਇਹ ਨਹੀਂ ਹੈ ਗਿਆਨੀ ਗੁਰਦੇਵ ਸਿੰਘ ਜੀ ਨੇ ਜਿਹੜਾ ਨਾਂ ਦੱਸਿਆ ਸੀ ਤੁਸੀਂ ਇਹਦੇ ਤੇ ਲੈਬਰੇਟ ਕਰਕੇ ਸਾਨੂੰ ਦੱਸ ਸਕਦੇ ਹੋ ਕਿ ਜਿਹੜੇ ਸੁਣਨ ਵਾਲੇ ਨੇ ਸਾਡੇ ਯੰਗਸਟਰਸ ਆਲਸੋ ਮੈਂ ਕਹਿਣੀ ਐ ਜੀ ਕੋਮਾਗਾਟਾ ਮਾਰੂ ਨਾਂ ਰੱਖਤਾ ਰੱਖ ਦਿੱਤਾ ਪਰ ਇਹ ਨਾਂ ਰੱਖਣ ਦੇ ਕਰਕੇ ਅਸੀਂ ਕੀ ਚੀਜ਼ ਹੈ ਜਿਹੜੀ ਖੋ ਰਹੇ ਆ ਜਦੋਂ ਕੋਮਾਗਾਟਾ ਮੈਂ ਆਪਣੀ ਗੱਲ ਕਰ ਦਿੰਦੇ ਜੀ ਜਦੋਂ ਮੈਨੂੰ ਕੋਮਾਗਾਟਾ ਯਾਦ ਆਉਂਦਾ ਨਾ ਮੈਨੂੰ ਜਿਹੜੇ ਬ੍ਰਿਟਿਸ਼ ਇੰਡੀਆ ਉਸ ਖਿੱਤੇ ਚੋਂ ਉਸ ਵਕਤ ਦੇ ਪੀਓਡਬਲਿਊ ਸੀਗੇ ਜਾਪਾਨ ਦੇ ਵਿੱਚ ਉਹ ਯਾਦ ਆ ਜਾਂਦੇ ਨੇ ਮੈਨੂੰ ਪਰਲ ਹਾਰਬਰ ਚ ਇਤੇ ਆ ਜਾਂਦਾ ਪਰ ਜਦੋਂ ਮੈਨੂੰ ਗੁਰਨਾਨਕ ਜਹਾਜ਼ ਚ ਇਤੇ ਆਉਂਦਾ ਮੈਨੂੰ ਨਨਕਾਣਾ ਸਾਹਿਬ ਚ ਇਤੇ ਆ ਜਾਂਦਾ ਸੱਬੇ ਸਾਂਝੀ ਵਾਇਲਸ ਦਾ ਇਹ ਚ ਇਤੇ ਆ ਜਾਂਦਾ ਸੋ ਜਦੋਂ ਬਾਬਾ ਗੁਰਦੇਵ ਸਿੰਘ ਹੁਣਾਂ ਨੇ ਅਰਦਾਸ ਕੀਤੀ ਹੈ ਗੁਰਨਾਨਕ ਸ਼ਿਪਿੰਗ ਲਾਈਨ ਉਹਦਾ ਨਾਮ ਰੱਖਿਆ ਹੈ ਗੁਰਨਾਨਕ ਜਹਾਜ਼ ਸ਼ਿਪ ਦਾ ਨਾਮ ਰੱਖਿਆ ਹੈ ਮਹਾਰਜ ਦਾ ਸਰੂਪ ਸ਼ਿਪ ਦੇ ਵਿੱਚ ਹੈ ਪ੍ਰਕਾਸ਼ ਹੋਇਆ ਹੋਇਆ ਜੀ ਨਿਸ਼ਾਨ ਸਾਹਿਬ ਲਹਿਰਾ ਰਹੇ ਨੇ ਬਾਣੀ ਦਾ ਪ੍ਰਵਾਹ ਹੋ ਰਿਹਾ ਔਰ ਉਹ ਜਿਹੜੀ ਕੰਟੀਨਿਊਸ ਜਰਨੀ ਦੀ ਜਿਹੜੀ ਸ਼ਰਤ ਸੀ ਉਹਨੂੰ ਪੂਰੀ ਕਰਨ ਲਈ ਜਦੋਂ ਇਹ ਸਾਰਾ ਕੁਝ ਹੋ ਰਿਹਾ ਫਿਰ ਇੱਕ ਕੋਮਾਗਾਟਾ ਮਾਰੂ ਇਹਨੂੰ ਮੈਂ ਇਸ ਤਰ੍ਹਾਂ ਦੇਖਦਾ ਹੁਣਾ ਕਿ ਜਿਹੜੀਆਂ ਐਂਟਾਈ ਪੰਜਾਬੀ ਫੋਰਸਿਸ ਨੇ ਨਾ ਉਹ ਐਂਟਾਈ ਹਿੰਦੂ ਵੀ ਨੇ ਐਂਟਾਈ ਸਿੱਖ ਵੀ ਨੇ ਤੇ ਐਂਟਾਈ ਮੁਸਲਮ ਵੀ ਨੇ ਜੀ ਉਹ ਨਹੀਂ ਚਾਹੁੰਦੀਆਂ ਕਿ ਪੰਜਾਬੀਆਂ ਦੀ ਗੱਲ ਹੋਵੇ ਇਸ ਲਈ ਤੁਸੀਂ ਆਪਣੇ ਇੱਥੋਂ ਦੇ ਅਕਾਡੈਮਿਕ ਸਰਕਲਸ ਵੀ ਦੇਖ ਲਿਓ ਉਹ ਹਮੇਸ਼ਾ ਹੀ ਪੰਜਾਬੀਆਂ ਨੂੰ ਮਨਫ਼ੀ ਕਰਨੀਆਂ ਚਾਹੁੰਦੀਆਂ ਨੇ ਹੂੰ ਸੋ ਉਹ ਕਾਮਗਾਟੋ ਦੇ ਜਿਹੜੀ ਜਾਪਾਨੀ ਨਾਮ ਹੈ ਉੱਥੇ ਜਾ ਕੇ ਖੜੀਆਂ ਹੋ ਜਾਂਦੀਆਂ ਨੇ ਹੂੰ ਇਸੇ ਤਰ੍ਹਾਂ ਜਦੋਂ ਮਾਫ਼ੀ ਮੰਗੀ ਗਈ ਸੀ ਉਦੋਂ ਵੀ ਕੁਝ ਧੇਰਾ ਸੀਗੀਆਂ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਪੰਜਾਬੀ Hindu ਪੰਜਾਬੀ ਮੁਸਲਮ ਪੰਜਾਬੀ ਸਿੱਖ ਦੀ ਗੱਲ ਹੋ ਰਹੀ ਆ ਤਾਂ ਉਹਨਾਂ ਨੇ ਉੱਥੇ ਅ ਸ਼ਿਰਕਤ ਨਹੀਂ ਕੀਤੀ ਉਸ ਸਮੇਂ ਉਹਨਾਂ ਨੇ ਬਾਈਕਾਟ ਕਰਤਾ ਸੀ ਉਸ ਇਵੈਂਟ ਦਾ ਨਾ ਜੀ ਅ ਸੋ ਜਦੂ ਆਪਾਂ ਕੋਈ ਜਿਹੜਾ ਇੱਕ ਕਲੋਨੀਅਲ ਨੇਮ ਹੈ ਕਮਾਗਾਟਾ ਮਾਰੂ ਹੂੰ ਉਹਦੀ ਜਿਹੜਾ ਰੈਫਰੈਂਸ ਪੁਆਇੰਟ ਹੈ ਜਪਨੀਜ਼ ਆ ਹਾਲਾਂਕਿ ਜਿਹੜੇ ਆਪਣੇ ਬਜ਼ੁਰਗ ਨੇ ਜੀ ਉਹ ਉਹ ਬਾਤ ਪਾ ਰਹੇ ਨੇ ਗੁਰਨਾਣ ਰਕਚੜ ਦੀ ਕਲਾ ਦੀ ਹੂੰ ਫਿਰ ਆਪਣੀ ਮਜਬੂਰੀ ਕੀ ਹੈ ਜੇ ਆਪਾਂ ਸੱਚੀ ਕਹਾਣੀ ਸੁਣਾਉਣੀ ਚਾਹੁੰਦੇ ਆ ਹੂੰ ਅ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਡਾਊਨਟਾਊਨ ਚ ਕਨਵੈਨਸ਼ਨ ਸੈਂਟਰ ਦੇ ਕੋਲ ਇੱਕ ਸੜਕ ਦਾ ਆਨਰਰੀ ਨੇਮ ਰੱਖਿਆ ਗਿਆ ਕਾਮਾਗਾਟਾ ਮਾਰੂ ਪਲੇਸ ਜੀ ਪਰ ਉੱਥੇ ਜਿਹੜੀ ਉਹਨੂੰ ਮੈਂ ਸ਼ਤਾਨੀ ਕਹਿਣਾ ਹੁੰਦਾ ਜਾਂ ਚੀਟਿੰਗ ਹੁੰਦੀ ਨਾ ਉਹ ਇਹ ਹੋਈ ਕਿ ਇਹੇਠਾ ਉਹਦੇ 1914 ਗੁਨਾਮਕ ਜਹਾਜ਼ ਲਿਖ ਦਿੱਤਾ ਹਮ ਇਸੇ ਤਰ੍ਹਾਂ ਜਦੋਂ ਸਿੱਖ ਹੈਰੀਟੇਜ ਮਿਊਜ਼ੀਅਮ ਐਬਸਵਰਡ ਦੇ ਵਿੱਚ ਉਹ ਸਾਊਥ ਏਸ਼ੀਅਨ ਜਿਹੜੀ ਡਿਪਾਰਟਮੈਂਟ ਹੈ ਜਾਂ ਯੂਨੀਵਰਸਿਟੀ ਆਫ ਰਿਜ਼ਰਵ ਵੈਲਿਊ ਦੇ ਅੰਡਰ ਆਉਂਦਾ ਜੀ ਉੱਥੇ ਹਰ ਇੱਕ ਥਾਂ ਤੇ ਕਾਮਾਗਾਟਾ ਮਾਰੂ ਲਿਖ ਕੇ ਇੱਕ ਪੈਨਲ ਤੇ ਲਿਖਿਆ ਹੋਇਆ ਕਿ 1914 ਦੇ ਵਿੱਚ ਇਸ ਜਹਾਜ਼ ਦਾ ਨਾਮ ਉਹਨਾਂ ਦੇ ਪੈਸੇਂਜਰਜ਼ ਨੇ ਗੁਰੂ ਨਾਨਕ ਸਾਹਿਬ ਦੇ ਆਦਬ ਦੇ ਵਿੱਚ ਇਹਦਾ ਨਾਮ ਗੁਰਨਾਕ ਜਹਾਜ਼ ਰੱਖ ਦਿੱਤਾ ਹਮ ਪਰ ਜੇ ਇੱਕ ਗੁਰਦੁਆਰਾ ਸਾਹਿਬ ਉੱਥੇ ਮਹਾਰਜਾ ਦਾ ਸਰੂਪ ਹੈ ਉੱਥੇ ਪ੍ਰਕਾਸ਼ ਉੱਥੇ ਤੁਸੀਂ ਪੈਨਲ ਲਾ ਰਹੇ ਹੋ ਔਰ ਇਹ ਮੰਨ ਰਹੇ ਹੋ ਹਮ ਪਰ ਇੱਕ ਕੌਣ ਤੁਹਾਨੂੰ ਕੌਣ ਤੰਗ ਕਰ ਰਿਹਾ ਵੀ ਕੌਣ ਤੁਹਾਡਾ ਜਿੰਦਾ ਗਲਾ ਕਟ ਰਿਹਾ ਵੀ ਇਹਨੂੰ ਕੋਮਾਗਾਟਾ ਕਹੋ ਉਹੀ ਮੈਂ ਪੁੱਛਣਾ ਚਾਹੁੰਦੀ ਕਿਉਂ ਨਹੀਂ ਰੱਖ ਪਾਰੇ ਡਾਕਟਰ ਮੈਂ ਤੁਹਾਡੇ ਨਾਲ ਵੀ ਇਹੀ ਗੱਲ ਹੈ ਵੀ ਕਿਉਂ ਨਹੀਂ ਰੱਖ ਪਾਰੇ ਇਦਾਂ ਦੇਖੀਏ ਗੁਰੂ ਨਾਨਕ ਜਹਾਜ਼ ਹੈ ਨਾ ਆਪਾਂ ਇਸ ਨਾਮ ਤੇ ਇੰਨਾ ਜ਼ਿਆਦਾ ਕਿੰਤੂ ਪਰੰਤੂ ਇਹ ਕਿਉਂ ਕੀਤਾ ਜਾ ਰਿਹਾ ਕਿਉਂ ਉਹ ਨੂੰ ਮੁਰੇ ਨਹੀਂ ਰੱਖ ਸਕਦੇ ਕਿਉਂ ਉਹ ਨੂੰ ਐਜ਼ ਅ ਮੇਨ ਟਾਈਟਲ ਦੇ ਤੌਰ ਤੇ ਕਿਉਂ ਨਹੀਂ ਵਰਤ ਰਹੇ ਇਹ ਕਿਹੜਾ ਡਰ ਹੈ ਸਾਨੂੰ ਜਾਂ ਸਾਨੂੰ ਸਮਝ ਨਹੀਂ ਹੈ ਹੋ ਸਕਦਾ ਹੈ ਰਾਜਿਸਤਾਨ ਨੂੰ ਸਮਝ ਵੀ ਨਾ ਹੋਵੇ ਮੈਨੂੰ ਲੱਗਦਾ ਯਾਰ ਸਮਝ ਨਹੀਂ ਆਇਆ ਅਸੀਂ ਸਮਝਣਾ ਜਾਣ ਕੇ ਨਹੀਂ ਚਾਹੁੰਦੇ ਬਿਲਕੁਲ ਕਿਉਂਕਿ ਇੱਕ ਕਾਮਨ ਨਾਮ ਸਾਨੂੰ ਨੈਰੇਟਿਵ ਦਿੱਤਾ ਗਿਆ ਅਸੀਂ ਚਾਹੁੰਦੇ ਆ ਵੀ ਉਹ ਨੂੰ ਹੀ ਫੜਫੜਾ ਕੇ ਕਰਕੇ ਤੇ ਕਰੀਏ ਹੁਣ ਜਦੋਂ ਹਿਸਟਰੀ ਨੂੰ ਫਰੋਲ ਕੇ ਅਸਲੀਅਤ ਲਿਆਂਦੀ ਗਈ ਹੈ ਸਾਹਮਣੇ ਤਿੰਨ ਮਹੀਨੇ ਪਹਿਲਾਂ ਡਾਊਨ ਟਾਊਨ ਵੈਨਕੂਵਰ ਦੇ ਵਿੱਚ 500 ਤੋਂ 600 ਕਟ ਮਤਲਬ ਆਪਣੇ ਪੰਜਾਬੀ ਸਿੱਖ ਪਾਈਚਾਰੇ ਚ ਇਕੱਠੇ ਹੋ ਕੇ ਜੀ ਫੈਡਰਲ ਲੀਡਰ ਸੀਗੇ ਜੀ ਪ੍ਰੋਵਿੰਸ਼ੀਅਲ ਲੀਡਰ ਸੀਗੇ ਉਦੋਂ ਰੈਜ਼ੋਲੂਸ਼ਨ ਪਾਸ ਹੋਏ ਨੇ ਤਿੰਨ ਵੀ ਇਹ ਫੈਡਰਲ ਅਪੋਲੋਜੀ ਜਿਹੜੀ ਹੈ ਇਹਨੂੰ ਕੋਮਾਗਾਟਾ ਮਾਰੂ ਦੀ ਉਹਨਾਂ ਨੇ ਮੰਗੀ ਆ ਲੇਕਿਨ ਉਹਨੂੰ ਕਰੈਕਟ ਕੀਤਾ ਜਾਵੇ ਐਮੈਂਡ ਜਿਹਨੂੰ ਆਪਾਂ ਐਮੈਂਡਮੈਂਟ ਕਹਿੰਦੇ ਆ ਹੁੰਦੀਆਂ ਨੇ ਐਮੈਂਡਮੈਂਟ ਬੋਥ ਤੇ ਇਹ ਐਮੈਂਡਮੈਂਟ ਕੀਤੀ ਜਾਵੇ ਹੁਣ ਇਹ ਚੀਜ਼ ਜਦੋਂ ਤੁਸੀਂ ਇਸ ਪੱਧਰ ਤੇ ਫਿਲਮ ਬਣਾਉਣੀ ਹੈ ਤੁਹਾਡੀ ਇੱਕ ਆਬਵੀਅਸਲੀ ਰਿਸਰਚ ਟੀਮ ਕੰਮ ਕਰਦੀ ਹੈ ਐਬਸੋਲੂਟਲੀ ਸੋ ਮੈਨੂੰ ਸਮਝ ਨਹੀਂ ਆ ਰਹੀ ਵੀ ਉਹ ਰਿਸਰਚ ਟੀਮ ਨੇ ਕੀ ਰਿਸਰਚ ਕੀਤਾ ਕਿ ਇੱਕ ਬੇਸਿਕ ਔਰ ਵੈਸੇ ਜੋ ਮੈਂ ਪਰਸਨਲੀ ਮੰਨਦਾ ਆ ਵੀ ਗੁਰੂ ਨਾਨਕ ਦਾ ਨਾਮ ਵਰਤ ਕੇ ਤੇ ਦੁਨੀਆ ਕਿਤੇ ਦੀ ਕਿਤੇ ਚਲੀ ਗਈ ਆ ਬਿਲਕੁਲ ਸੋ ਇਹ ਨਾਮ ਰੱਖਣ 'ਚ ਕੋਈ ਇਤਰਾਜ਼ ਹੋਣਾ ਨਹੀਂ ਚਾਹੀਦਾ ਜੇ ਹੈਗਾ ਤੇ ਪਤਾ ਹੋਣਾ ਚਾਹੀਦਾ ਵੀ ਕਿਉਂ ਹੈ ਇਹ ਤੇ ਰਾਸ ਦਾ ਸਾਨੂੰ ਪਤਾ ਹੋਵੇ ਕਿ ਕਿਉਂ ਹੈ ਕਿਉਂਕਿ ਰਾਜੀ ਤੁਸੀਂ ਦੱਸ ਰਹੇ ਸੀ ਵੀ ਮੈਂ ਵਿਕੀਪੀਡੀਆ ਦੀ ਇੱਕ ਜੇ ਜਨਰਲੀ ਹੁਣ ਅਸੀਂ ਗੱਲਬਾਤ ਕਰੀ ਜੇ ਕੋਈ ਸਾਨੂੰ ਫਰਸਟ ਟਾਈਮ ਸੁਣ ਰਿਹਾ ਹੈ ਇਥੇ ਉਹਨਾਂ ਨੇ ਫਟਾਫਟ ਵਿਕੀਪੀਡੀਆ ਤੇ ਜਾਣਾ ਗੂਗਲ ਕਰਨਾ ਜੋ ਉਹਨਾਂ ਨੂੰ ਇਨਫੋਰਮੇਸ਼ਨ ਮਿਲਗੀ ਉਹੀ ਹੈ ਇਹਦੇ ਪਿੱਛੇ ਵੀ ਕਹਾਣੀ ਹੈ ਜਿੱਦਾਂ ਤੁਸੀਂ ਸਾਨੂੰ ਦੱਸ ਰਹੇ ਸੀ ਇਹਦੇ ਪਿੱਛੇ ਇੱਕ ਵੈਲਿਊਜ਼ ਹੈ ਉਹ ਪਰ ਉਹ ਸਾਰਾ ਕੁਝ ਕਰ ਰਹੇ ਸੋ ਇਹ ਸਾਰਾ ਕੁਝ ਇੱਕ ਫਿਲਮ ਬਣਾਉਣ ਦੇ ਟਾਈਪ ਜਿੱਦਾਂ ਡਾਕਟਰ ਮਾਨ ਕਹਿ ਰਹੇ ਨਾ ਰਿਸਰਚ ਹੋਈ ਚਲੋ ਉੱਥੇ ਰਿਸਰਚ ਨਹੀਂ ਹੋਈ ਅਸੀਂ ਵੀ ਨਹੀਂ ਕਰ ਰਹੇ ਪਰ ਵਾਈ ਇੰਨਾ ਐਫਰਟ ਕਿਉਂ ਲੱਗ ਰੈ ਇਹਨੂੰ ਲੁਕਾਉਣ ਦਾ ਇਹਨੂੰ ਲਾਉਣ ਦਾ ਕਿਉਂ ਇੰਨਾ ਐਫਰਟ ਲਾਇਆ ਜਾ ਰਿਹਾ ਹੈ ਜੇ ਨੂੰ ਆਪਾਂ ਸੌਖੇ ਸ਼ਬਦਾਂ ਚ ਕਹੀਏ ਜੀ ਇਹ ਹੈਗਾ ਆਈਦਰ ਯੂ ਡਿਫਾਈਨ ਯਰਸੈਲਫ অর ਸਮਨ ਵਿਲ ਡਿਫਾਈਨ ਯੂ ਹੈਨਾ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਨਾ ਇਵੈਂਟ ਦੀ ਉੱਥੇ ਜਿਹੜੀ ਸਾਰਿਆਂ ਤੋਂ ਜ਼ਰੂਰੀ ਗੱਲ ਇਹ ਹੋਈ ਕਿ ਜਿਹੜੇ ਆਪਣੇ ਲੋਰ ਮੈਨ ਲੈਣ ਦੇ 13 ਗੁਰਦੁਆਰਾ ਸਾਹਿਬ ਦੇ ਮੁਖੀ ਸੀਗੇ ਜਾਂ ਸੇਵਾਦਾਰ ਸੀਗੇ ਉਹਨਾਂ ਨੇ ਆ ਕੇ ਇੱਕ ਸਾਂਝੀ ਅਰਦਾਸ ਕੀਤੀ ਹੈ ਔਰ ਉਹ ਸਾਂਝੀ ਅਰਦਾਸ 'ਚ ਇਹ عہد ਲਿਆ ਗਿਆ ਕਿ ਜਿਹੜਾ ਇਹ ਕਾਮਾਗਾਟਾ ਨਾਮ ਆ ਜੋ ਇਹਦਾ ਸਹੀ ਨਾਮ ਉਸ ਜਹਾਜ਼ ਦਾ ਸੀਗਾ ਗੁਰਨਾਣਕ ਜਹਾਜ਼ ਉਹ ਅਸੀਂ ਇਹ ਡਿਮਾਂਡ ਕਰਦੇ ਆ ਇਹ ਸਾਡੀ ਰਿਕੁਐਸਟ ਨਹੀਂ ਹੈਗੀ ਫੈਡਰਲ ਗਵਰਨਮੈਂਟ ਤੋਂ ਇਹ ਸੇ ਡਿਮਾਂਡ ਵੀ ਜਿਹੜੀ ਤੁਸੀਂ ਅਪੋਲੋਜੀ ਵਾ ਦੇ ਵੈਰੀ ਗੁੱਡ ਸਟੈਪ ਪਰ ਗੱਲ ਇਹ ਹੈ ਵੀ ਅਪੋਲੋਜੀ ਹੁਣ ਜੇ ਤੁਸੀਂ ਗਲਤ ਨਾਮ ਤੇ ਲਈ ਹੋਈ ਆ ਉਹਦਾ ਸਾਨੂੰ ਤਾਂ ਕੋਈ ਫਾਇਦਾ ਨਹੀਂ ਹੋ ਰਿਹਾ ਹਨਾ ਕਿਉਂਕਿ ਇੱਕ ਨਾ ਜਦੋਂ ਦੋ ਸ਼ਬਦ ਪ੍ਰਚਲਿਤ ਹੋ ਜਾਂਦੇ ਨੇ ਦੇਰ ਇਸ ਨੂੰ ਆਪਾਂ ਇਦਾਂ ਕਹਿ ਦਿੰਨੇ ਕಾಗ್ਨੀਟਿਵ ਡਿਸਨੈਂਸ ਹੋ ਜਾਂਦੀ ਆ ਔਰ ਫਿਰ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜਾ ਸਹੀ ਆ ਕਿਹੜਾ ਗਲਤ ਆ ਆਪਾਂ ਦੋਨੋਂ ਨਾਮ ਲੈ ਕੇ ਅੱਗੇ ਤੁਰ ਪੈਂਦੇ ਆ ਬਿਲਕੁਲ ਰਾਈਟ ਔਰ ਆਪਾਂ ਆਮ ਇਵਨ ਜਿਹੜੇ ਐਕਾਡੈਮਿਕ ਮੈਂ ਦੇਖੇ ਹੋਏ ਨੇ ਉਹ ਮੈਂ ਦੇਖਿਆ ਮੈਂ ਉਹਨਾਂ ਦੀ ਵੈਸੇ ਜਿਹੜੀ ਉਹਨਾਂ ਦੀ ਕੈਪੇਬਿਲਿਟੀ ਕਪੈਸਿਟੀ ਤੇ ਥੋੜਾ ਜਿਹਾ ਸ਼ਾਇਦ ਉਹਨਾਂ ਨੂੰ ਲੱਗੇ ਕਿ ਚੋਬ ਹੋ ਰਹੀ ਆ ਮੈਨੂੰ ਲੱਗ ਰਿਹਾ ਕਿ ਉਹਨਾਂ ਦੀ ਇੰਨੀ ਉਹ ਹੈ ਨਹੀਂ ਗਹਿਰਾਈ ਕਿ ਜਿਹੜੀ ਉਹ ਇਹਦੀ ਇਹਦੀ ਜਿਹੜਾ ਹਾਇਰਾਰਕੀ ਇਹਦੀ ਪੂਰੀ ਉਹਨੂੰ ਕੈਟੇਗੋਰੀਜ਼ ਕਰ ਸਕਣ ਜੀ ਫਿਰ ਉਹ ਕਦੀ ਇੱਧਰ ਝੁੱਕ ਜਾਂਦੇ ਨੇ ਕਦੀ ਇੱਧਰ ਝੁੱਕ ਜਾਂਦੇ ਨੇ ਸੋ ਇਹਨਾਂ ਦੇ ਜਿਹੜੇ ਆਪਾਂ ਪਹਿਲਾਂ ਵੀ ਇਹ ਗੱਲ ਕੀਤੀ ਹੋਈ ਆ ਕਿ ਜਿਹੜੇ ਚਿੰਨ ਤੇ ਪ੍ਰਤੀਕ ਹੁੰਦੇ ਨੇ ਹੈਨਾ ਜੀ ਉਹ ਉਹਨਾਂ ਦੇ ਵਿੱਚ ਨਾ ਇੱਕ ਸਨਤ ਹੁੰਦੀ ਆ ਹਮਮ ਔਰ ਸਨਤ ਦੀ ਰਮਜ਼ ਆਪਾਂ ਨੂੰ ਸਮਝਣ ਦੀ ਜੇ ਤਾਂ ਵਾਹਿਗੁਰੂ ਵੱਲੋਂ ਕਿਰਪਾ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੁੰਦੀ ਆ ਨਹੀਂ ਤਾਂ ਫਿਰ ਆਪਾਂ ਖੱਬੇ ਸੱਜੇ ਹੋ ਜਾਂਦੇ ਆ ਹਮ ਸੋ ਆਪਾਂ ਈਵਨ ਮੈਂ ਬਹੁਤ ਈਵਨ ਆਪਣੇ ਸਾਡੇ ਵੀ ਬੱਚੇ ਜਿਹੜੇ ਇੱਥੋਂ ਦੇ ਜੰਮੇ ਪੜੇ ਮੈਂ ਉਹਨਾਂ ਨੂੰ ਕੰਡੀਸ਼ਨਿੰਗ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਉਹ ਮਾਣ ਨਾ ਕਹਿਣ ਲੱਪੇ ਨੇ ਵੀ ਕੰਮਾ ਘਟਾ ਹੁਣ ਉਹ ਤਾਂ ਜਾਪਾਨੀ ਨਾਮ ਆ ਇਹਨੂੰ ਆਪਾਂ ਇਦਾਂ ਹੀ ਕਹਿੰਨੇ ਆ ਵੀ ਅਸੀਂ ਗੈਰਾਂ ਦੀਆਂ ਸ਼ਕਲਾਂ ਵਿੱਚੋਂ ਆਪਣੇ ਨਕਸ਼ ਪਛਾਣਨ ਦੀ ਕੋਸ਼ਿਸ਼ ਕਰ ਰਹੇ ਆ ਹਮ ਹੁਣ ਜੋ ਮੈਂ ਕਹਿਣ ਲੱਗਾ ਉਹ ਸ਼ਾਇਦ ਥੋੜ੍ਹਾ ਤਿੱਖਾ ਲੱਗੇ ਸੁਣਨ ਨੂੰ ਮੈਂ ਜਾਪਾਨੀ ਜਿਹੜੇ ਜਾਪਾਨੀ ਕੈਨੇਡੀਅਨ ਜਾਂ ਜਾਪਾਨੀ ਜਿਹੜੇ ਹੁਣ ਦੇ ਸਿਟੀਜ਼ਨ ਉਹਨਾਂ ਬਾਰੇ ਨਹੀਂ ਗੱਲ ਕਰ ਰਿਹਾ ਮੈਂ ਹਿਸਟੋਰੀਕਲ ਗੱਲ ਕਰ ਰਿਹਾ ਹਮ ਜਦੋਂ ਸਾਡੇ ਸਿੱਖ ਪੀਓਡਬਲ ਬਣੇ ਸਿੰਗਾਪੁਰ ਚ ਜੀ ਉਹਨਾਂ ਨੇ ਉਹਨਾਂ ਤੇ ਜਿਹੜਾ ਤਸ਼ੱਦਦ ਕੀਤਾ ਉਹ ਤਾਂ ਇੱਕ ਪਾਸੇ ਰਹਿ ਗਿਆ ਹਮ ਪਰ ਉਹਨਾਂ ਨੇ ਇਹ ਵੀ ਕੀਤਾ ਕਿ ਜਦੋਂ ਉਹ ਉਹਨਾਂ ਨੂੰ ਬਲਾਈਂਡ ਫੋਲਡ ਕਰਕੇ ਨਿਸ਼ਾਨਾ ਬਣਾਉਂਦੇ ਹੁੰਦੇ ਸੀਗੇ ਬੰਦੂਕ ਨਾਲ ਫਿਰ ਉਹਨਾਂ ਨੂੰ ਮਾਰਦੇ ਹੁੰਦੇ ਸੀ ਫਿਰ ਬਾਇਨਟ ਨਾਲ ਮਾਰ ਕੇ ਚੋਬ ਕੇ ਚੈੱਕ ਕਰਦੇ ਹੁੰਦੇ ਸੀ ਕਿ ਮਰੇ ਕੀ ਜਿਉਂਦੇ ਨੇ ਫਿਰ ਉਹਨਾਂ ਦੇ ਪੱਟਾਂ ਚੋਂ ਉਹਨਾਂ ਦੇ ਡੌਲਿਆਂ ਚੋਂ ਮਾਸ ਕੱਢ ਕੇ ਲਿਵਰ ਕੱਢ ਕੇ ਹਾਰਟ ਕੱਢ ਕੇ ਉਹ ਉਹ ਭੁੰਨ ਕੇ ਖਾਂਦੇ ਹੁੰਦੇ ਸੀਗੇ ਸੋ ਜਦੋਂ ਤੁਸੀਂ ਕਾਮਾਗਾਟਾ ਕਹਿੰਦੇ ਹੋ ਮੈਨੂੰ ਫੌਜੀ ਚ ਇੱਥੇ ਆ ਜਾਂਦੇ ਨੇ ਏਦਾਂ ਹੀ ਮੈਨੂੰ ਪਰਲ ਹਾਰਵਰਡ ਚ ਇੱਥੇ ਆ ਜਾਂਦਾ ਜੀ ਸੋ ਜਿਹੜੀ ਸਾਡੀ ਐਪਿਸਟਿਮੋਲੋਜੀਕਲ ਸਪੇਸ ਆ ਉਹਦੇ ਵਿੱਚ ਗੁਰਨਾਨਕ ਜਹਾਜ਼ ਦਾ ਜਿਹੜਾ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਹਦੇ ਵਿੱਚ ਨਿਸ਼ਾਨ ਸਾਹਿਬ ਨੇ ਔਰ ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਜਿਹੜੇ ਉਸ ਪੰਜਾਬੀ ਖੇਤਰ ਚ ਸੀਗੇ ਉਸ ਟਾਈਮ ਉਹਦੇ ਵਿੱਚ ਸਾਡੇ ਹਿੰਦੂ ਵੀਰ ਵੀ ਨੇ ਮੁਸਲਮਾਨ ਵੀ ਨੇ ਉਹ ਇੱਕ ਜੁਟ ਹੋ ਕੇ ਬੈਠੇ ਹੋਏ ਨੇ ਔਰ ਸ਼ਾਇਦ ਕੋਈ ਨਹੀਂ ਚਾਹੁੰਦਾ ਕਿ ਇਹ ਏਕਤਾ ਬਣੀ ਰਹੇ ਕੈਨੇਡਾ ਚ ਬਿਲਕੁਲ ਤੋ ਸ਼ੁਰੂ ਤੋਂ ਹੀ ਜਦੋਂ ਕਾਮਾਗਾਟਾ ਮਾਰੂ ਉਸ ਟਾਈਮ ਕਲੋਨੀਅਲ ਦੀ ਕੀ ਚਾਲ ਸੀ ਉਹ ਤਾਂ ਆਪਾਂ ਨੂੰ ਪਤਾ ਹੈ ਕਿਉਂਕਿ ਉਹ ਇਹ ਨਹੀਂ ਸੀ ਚਾਹੁੰਦੇ ਕਿ ਜੇ ਗੁਰੂ ਨਾਨਕ ਜਹਾਜ ਉਸੇ ਪੌਪੂਲਰਾਈਜ਼ ਕਰ ਦਿੱਤਾ ਜਿਹੜੇ ਮੈਜੋਰਟੀ ਸਿੱਖ ਫੌਜੀ ਨੇ ਬ੍ਰਿਟਿਸ਼ ਫੋਰਸਸ ਦੇ ਵਿੱਚ ਜਾਂ Hindu ਨੇ Musalman ਨੇ ਉਹਨਾਂ ਨੇ ਰਿਵੋਲਟ ਕਰ ਦੇਣਾ ਕਿ ਆਪਾਂ ਕਹਿੰਨੇ ਆ ਨਾਨਕ ਨਾਮ ਜਹਾਜ ਹੈ ਜਿਹੜੇ ਸੋ ਉੱtre ਪਾਸ ਇਹ ਤਾਂ ਇਹਨਾਂ ਨੇ ਪਾਰ ਉੱਤਰ ਨਹੀਂ ਦਿੱਤਾ ਸੋ ਉਹਨਾਂ ਦੀ ਤਾਂ ਮੈਂ ਸਮਝਦਾ ਆ ਪਰ ਜਿਹੜੇ ਆਪਣੇ ਅਕਲਮੰਦ ਬੁੱਧੀਜੀਵੀ ਨੇ ਇੱਥੇ ਦੇ ਉਹਨਾਂ ਦੀ ਕੀ ਮਜਬੂਰੀ ਆ ਬਿਲਕੁਲ ਜਾਂ ਫਿਰ ਉਹ ਮੈਂ ਉਹਨਾਂ ਨੂੰ ਐਂਟਾਈ ਪੰਜਾਬੀ ਫੋਰਸਸ ਗਿਣਦਾ ਉਹਨਾਂ ਨੂੰ ਹੂੰ ਤੁਸੀਂ ਉਹ ਹਰ ਸਟੈਪ ਲੈਂਦੇ ਨੇ ਜਿਹੜੇ ਐਂਟਾਈ ਪੰਜਾਬ ਜਾਂਦਾ ਜਾਂ ਐਂਟਾਈ ਪੰਜਾਬੀ ਜਾਂਦਾ ਸੋ ਇਸ ਤਰ੍ਹਾਂ ਮੈਂ ਇਹਨੂੰ ਜੀ ਜੀ ਅੱਜ ਕੱਲ ਤਾਂ ਬੜੇ ਤਰੀਕੇ ਦੇ ਨਾਲ ਹਿਸਟਰੀ ਦੀ ਇੰਡੀਆ ਚ ਵੀ ਪੰਜਾਬ ਚ ਵੀ ਹਿਸਟਰੀ ਦੀ ਕਈ ਬੁੱਕਸ ਤੋਂ ਕਈ ਪੰਨੇ ਇਹ ਚ ਗਾਇਬ ਕਰ ਦਿੱਤੇ ਜਾਂਦੇ ਨੇ ਚੁੱਪ ਕਰਕੇ ਉਹਨਾਂ ਨੂੰ ਕੱਢ ਹੀ ਦਿੱਤਾ ਜਾਂਦਾ ਕਿ ਵੀ ਨਾ ਬੱਚੇ ਪੜ੍ਹਨ ਨਾਉ ਸਵਾਲ ਕਰਨ ਨਾਉ ਸੋਚਣ ਕਿ ਇਹ ਜੇ ਕੁਝ ਹੋਇਆ ਇਹ ਬੜਾ ਇੱਕ ਮਿਥ ਹੈ ਨਾ ਇੱਕ ਟਾਰਗੇਟਡ ਅਪਰੋਚ ਜਿਹੜੀ ਹੈ ਉਹ ਲਈ ਗਈ ਹੈ ਰਾਜੀ ਡਾਕਟਰ ਮਾਨ ਇੱਕ WhatsApp ਤੇ ਮੈਸੇਜ ਆਇਆ ਜੀ ਤੇ ਜ਼ਰੂਰ ਉਹ ਕਹਿੰਦੇ ਜੀ ਅਮਨਜੋਤ ਜੀ ਦਾ ਮੈਸੇਜ ਹੈ ਕਿ ਉਹ ਕਹੇ ਰਹੇ ਕਮਾਗਾਟਾ ਮਾਰੂ ਨਾ ਆਇਆ ਕਿੱਥੋਂ ਪਲੀਜ਼ ਦੱਸਣਾ ਆਈ ਨੀਡ ਫੁੱਲ ਡਿਟੇਲਸ ਇਫ ਪੋਸੀਬਲ ਹਾਂਜੀ ਮੇਰੇ ਖਿਆਲ ਜਿਹੜਾ ਨਾ ਸਿੱਖ ਹੈਰੀਟੇਜ ਮਿਊਜ਼ੀਅਮ ਆ ਉਹਦੇ ਵਿੱਚ ਇਹਦੀ ਪਰਤਾਇਕ ਪੈਨਲ ਲੱਗਾ ਹੋਇਆ ਹੂੰ ਉੱਥੇ ਉਹਨਾਂ ਨੇ ਲਿਖਿਆ ਹੋਇਆ ਕਿ ਪਹਿਲਾਂ ਇਹਦਾ ਨਾਮ ਸ਼ਟੂਬਨਹਕ ਸੀਗਾ ਫਿਰ ਫਸੀਲੀਆ ਹੋ ਗਿਆ ਫਿਰ ਕਾਮਾਗਾਟਾ ਮਾਰੂ ਹੋ ਗਿਆ ਫਿਰ ਗੁਨਾਨਗ ਜਹਾਜ਼ ਹੋ ਗਿਆ ਫੀਹਾਂ ਹੀਆਂ ਮਾਰੂ ਹੋ ਗਿਆ ਹੀਆਂ ਮਾਰੂ ਹਾਂਜੀ ਸੋ ਜਿਹੜੀ ਕੌਮ ਦੇ ਜਿਹੜੀ ਕੌਮ ਦੀ ਉਸ ਸ਼ਿਪ ਦੇ ਉੱਪਰ ਸਰਦਾਰੀ ਰਹੀ ਹੈ ਉਹਨੇ ਉਹਦਾ ਨਾਮ ਰੱਖ ਲਿਆ ਆਪਣਾ ਹੂੰ ਸੋ ਜੇ ਕੋਈ ਜਾਪਾਨੀ ਫਿਲਮ ਬਣਾਉਣਾ ਚਾਹੁੰਦਾ ਹੈ ਉਹ ਬੇਸ਼ੱਕ ਕਾਮਾਗਾਟਾ ਨਾਮ ਰੱਖ ਲਵੇ ਕੋਈ ਦਿੱਕਤ ਨਹੀਂ ਹੈਗੀ ਇਸੇ ਤਰ੍ਹਾਂ ਜੇ ਕੋਈ ਜਰਮਨ ਬਣਾਉਣਾ ਚਾਹੁੰਦਾ ਉਹ ਸ਼ਟੂਬਨਹਕ ਰੱਖ ਲਵੇ ਪਰ ਜਿਹੜਾ ਹੁਣ ਇਹ ਨਾਮ ਕਿੱਥੋਂ ਆਇਆ ਇਹ ਤਾਂ ਓਬਵੀਅਸਲੀ ਜਾਪਾਨੀਆ ਦਾ ਨਾਮ ਹੈ ਜੀ ਸੋ ਮੈਂ ਤਾਂ ਹੀ ਤਾਂ ਪਹਿਲਾਂ ਜ਼ਿਕਰ ਕੀਤਾ ਸੀ ਵੀ ਅਸੀਂ ਗੈਰਾਂ ਦੀਆਂ ਸ਼ਕਲਾਂ ਚੋਂ ਆਪਣੇ ਨਕਸ਼ ਪਛਾਨਣ ਦੀ ਕੋਸ਼ਿਸ਼ ਕਰ ਰਹੇ ਹਾਂ ਸਾਨੂੰ ਕਿਉਂ ਸ਼ਰਮ ਆ ਰਹੀ ਆ ਸਾਨੂੰ ਗੁਰੂ ਨਾਨਕ ਜਹਾਦ ਕਹਿਣ ਲੱਗੇ ਸਾਡੇ ਦੰਦੜ ਕਿਉਂ ਪੈਂਦੀ ਆ ਉਹ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਕਾਫੀ ਚਿਰ ਤੋਂ ਜਿਹੜੇ ਪੜੇ ਲਿਖੇ ਆ ਉਹਨਾਂ ਨੂੰ ਪੁੱਛਦਾ ਹੁੰਦਾ ਹਾਂ ਵੀ ਕਾਮਾਗਾਟਾ ਮਾਰੂ ਦਾ ਇੰਗਲਿਸ਼ ਟ੍ਰਾਂਸਲੇਸ਼ਨ ਕੀ ਆ ਜੀ ਉਹ ਕਹਿੰਦੇ ਜੀ ਇਹ ਤਾਂ ਨਾਮ ਹੈ ਮੈਂ ਕਿਹਾ ਹਰੇਕ ਨਾਮ ਦਾ ਕੋਈ ਮਹਨਤ ਆ ਹੁੰਦਾ ਹੈ ਨਾ ਹੁਣ ਅਸੀਂ ਇੱਕ ਜਿਹਦੇ ਸ਼ਬਦ ਦਾ ਮਾਇਨਾ ਨਹੀਂ ਪਤਾ ਸਾਨੂੰ ਅਸੀਂ ਉਹ ਲੈ ਕੇ ਭੱਜ ਰਹੇ ਹਾਂ ਔਰ ਅਸੀਂ ਇਹ ਵੀ ਕਹਿ ਰਹੇ ਹਾਂ ਕਿ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੀ ਕੁਰਬਾਨੀ ਕਿੰਨੀ ਆ ਉਹ ਕਿੱਥੋਂ ਆਏ ਕਿੱਥੇ ਆਏ ਗੁਰਨਾਨਕ ਜਹਾਦ ਉਹਨਾਂ ਨੇ ਨਾਮ ਲਿਖਿਆ ਫਿਰ ਅਸੀਂ ਉਹਨਾਂ ਦੇ ਵਿਰੋਧ ਚ ਕਿਉਂ ਖੜੇ ਹੋ ਰਹੇ ਹਾਂ ਜੀ ਜਦੋਂ ਆਪਾਂ ਇਹ ਮੰਨਦੇ ਹਾਂ ਹੁਣ ਡਾਊਨ ਟਾਊਨ ਤੁਸੀਂ ਜਾ ਕੇ ਦੇਖਿਓ ਇੱਕ ਕਨਵੈਨਸ਼ਨ ਸੈਂਟਰ ਦੀ ਸੜਕ ਉਹ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਨਾ ਕਾਮਾਗਾਟਾ ਮਾਰੂ ਪਲੇਸ ਰੱਖਿਆ ਹੋਇਆ ਪਰ ਉਸੇ ਸ਼ੈਤਾਨੀ ਇਹ ਕੀਤੀ ਹੋਈ ਹੈ ਕਿ ਥੱਲੇ ਗੁਨਾਨਕ ਜਹਾਜ਼ ਰੱਖਿਆ ਹੋਇਆ ਸੋ ਤੁਸੀਂ ਮੈਨੂੰ ਇਹ ਦੱਸੋ ਵੀ ਕਾਮਾਗਾਟਾ ਮਾਰੂ ਪਲੇਸ ਦੀ ਟ੍ਰਾਂਸਲੇਸ਼ਨ ਪੰਜਾਬੀ ਚ ਕੀ ਹੋਣੀ ਚਾਹੀਦੀ ਹੈ ਜੀ ਉਹ ਤਾਂ ਕਾਮਾਗਾਟਾ ਮਾਰੂ ਜਗਾ ਹੋਣੀ ਚਾਹੀਦੀ ਹੈ ਫਿਰ ਜੇ ਕਿਉਂਕਿ ਮੈਨੂੰ ਕਿਸੇ ਨੇ ਸਵਾਲ ਕੀਤਾ ਸੀ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਇਹਦਾ ਨਾਮ ਗੁਨਾਨਕ ਜਹਾਜ਼ ਹੈ ਹਮ ਤੇ ਪ੍ਰੂਫ ਤਾਂ ਬਹੁਤ ਪਏ ਨੇ ਤੁਸੀਂ ਲਿਖਤਾ ਦੇਖੋ ਰਾਜਿੰਦਰ ਸਿੰਘ ਰਾਹੀ ਹੋਣਾ ਦੀ ਦੇਖੋ ਆਪਣੇ ਡਾਕਟਰ ਗੁਰਵਿੰਦਰ ਸਿੰਘ ਹੋਣਾ ਨੇ ਕਿਤਾਬ ਸਿੱਧੂ ਹਰਾਨ ਨੇ ਪ੍ਰੋਫੈਸਰ ਉਹਨਾਂ ਨੇ ਕੀਤਾ ਦਰਸ਼ਨ ਸਿੰਘ ਤਤਲਾ ਉਹਨਾਂ ਨੇ ਉਹਦੇ ਵਿੱਚ ਪ੍ਰੂਫ ਹੈਗੇ ਨੇ ਪਰ ਇੱਕ ਇੱਕ ਮਿੰਟ ਲਈ ਮੰਨ ਲੋ ਕਿ ਸਾਡੇ ਕੋਲ ਪ੍ਰੂਫ ਹੈ ਨਹੀਂ ਗਏ ਜੀ ਤੁਹਾਡੀ ਹਿੰਮਤ ਕਿੱਦਾਂ ਪੈ ਰਹੀ ਹੈ ਸਾਡੇ ਗੁਰੂ ਸਾਹਿਬ ਦਾ ਨਾਮ ਉੱਥੇ ਲਿਖਣ ਦੀ ਫੇਰ ਉਹ ਵੀ ਕਾਮਾ ਗਾਟਾ ਮਾਰੂ ਦੇ ਹੇਠਾਂ ਐਜ਼ ਅ ਸਬਟਾਈਟਲ ਮਤਲਬ ਕਿੱਦਾਂ ਲਿਖਿਆ ਜੀ ਫੁੱਟਨੋਟ 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 ਇਹ ਜਿਹੜਾ ਸਿੱਖ ਆ ਜਾਂ Hindu ਆ ਜਾਂ Muslim Canadian ਆ ਇਹ ਕਿਸੇ ਟਰਮ ਦਾ ਫੁੱਟਨੋਟ ਥੋੜੀ ਆ ਇਹ ਇੰਦਾਂ ਹੀ ਸਾਡੇ ਜਿਹੜੇ ਜਿੱਦਾਂ ਪੈਗੰਬਰ ਨੇ ਉਹ ਤੁਸੀਂ ਇਦਾਂ ਥੋੜੀ ਉਹਨਾਂ ਦੇ ਨਾਮ ਵਰ ਸਕਦੇ ਹੋ ਔਰ ਇਸੇ ਲਈ ਮੈਂ ਉੱਥੇ ਵੀ ਇਤਰਾਜ਼ ਕੀਤਾ ਸੀ ਜਿਹੜਾ ਪਰਸਨਲੀ ਸਾਨੂੰ ਅੱਛੀ ਨਹੀਂ ਸੀ ਲੱਗੀ ਗੱਲ ਕਿ ਜਿਹੜੇ ਸਾਡੇ ਬਾਬਾ ਗੁਰਦੇਵ ਸਿੰਘ ਹੁਣੀ ਨੇ ਜਾਂ ਹੋਰ ਔਰ ਦੋ ਔਰਤਾਂ ਦੀਆਂ ਵੀ ਉੱਥੇ ਮਿਊਰਲ ਜਾਂ ਐਜ਼ ਅ ਸਕੈਚ ਬਣਾ ਕੇ ਉਹ ਖੰਭੇ ਤੇ ਟੰਗਿਆ ਹੋਇਆ ਉੱਪਰ ਤੇ ਮੈਂ ਕਹਾਂ ਜੀ ਵੀ ਤੁਸੀਂ ਥੋੜੀ ਜੀ ਤਾਂ ਰਿਸਪੈਕਟ ਸ਼ੋਅ ਕਰੋ ਨਾ ਵੀ ਇਹ ਇਹ ਇਹਨਾਂ ਦੀ ਜਿਹੜੀਆਂ ਤਸਵੀਰਾਂ ਨੇ ਉਹ ਪਾਰਲੀਮੈਂਟ 'ਚ ਹੋਣੀਆਂ ਚਾਹੀਦੀਆਂ ਮਿਊਜ਼ੀਅਮ 'ਚ ਲਾਇਬ੍ਰੇਰੀ 'ਚ ਹੋ ਜੀਆਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਚ ਹੋਣੀਆਂ ਚਾਹੀਦੀਆਂ ਜਾਂ ਮੰਦਰ ਚ ਹੋਣੀਆਂ ਚਾਹੀਦੀਆਂ ਮਸਜਿਦ ਚ ਹੋਣੀਆਂ ਚਾਹੀਦੀਆਂ ਤੇ ਤੁਸੀਂ ਚੁੱਕ ਕੇ ਖੰਬੇ ਤੇ ਤੁਸੀਂ ਆਪਣੇ ਬਜ਼ੁਰਗਾਂ ਦੀਆਂ ਫੋਟੋ ਕਦੀ ਟੰਗੋਗੇ ਖੰਬੇ ਉੱਪਰ ਉਹ ਕਹਿੰਦੇ ਜੀ ਸਮ ਪੀਪਲ ਲਾਈਕ ਇਟ ਉਹ ਮੈਂ ਕਹਾਂ ਜੀ ਸਮ ਪੀਪਲ ਦਾ ਟਿਕਟੌਕ ਦੇ ਬਹੁਤ ਕੁਝ ਲਾਈਕ ਕਰਦੇ ਆ ਪਰ ਜਿਹੜੀ ਆਪਾਂ ਜਿਹੜੇ ਸਾਡੇ ਬਜ਼ੁਰਗ ਨਹੀਂ ਸੀ ਉਹਨਾਂ ਨੇ ਮਖੌਲਤ ਜੇ ਆਪਾਂ ਅਦਬ ਨਹੀਂ ਕਰ ਸਕਦੇ ਜੀ ਆਪਾਂ ਉਹਨਾਂ ਦਾ ਮਖੌਲ ਬਣਾ ਨਾ ਕਰੀਏ ਬਿਲਕੁਲ ਮੈਂ ਇੱਥੇ ਗੱਲ ਐਡ ਕਰਨਾ ਚਾਹੁੰਗਾ ਜਿਹੜੀ ਭਾਜੀ ਨੇ ਗੱਲ ਕਹੀ ਹੈ ਕਿ 1921 ਦੇ ਵਿੱਚ ਗਿਆਨੀ ਯਾ ਬਾਬਾ ਗੁਰਦਿਤ ਸਿੰਘ ਜੀ ਨੇ ਖੁਦ ਇੱਕ ਬੁੱਕ ਲਿਖੀ ਸੀਗੀ ਹੂੰ ਜਿਹੜੀ ਕਿ ਅੰਗਰੇਜ਼ਾਂ ਨੇ ਉਹ ਤੋਂ ਬੈਨ ਕਰ ਦਿੱਤੀ ਫਿਰ ਉਹਨਾਂ ਨੇ ਇੱਕ ਹੋਰ ਕਿਤਾਬ ਲਿਖੀ ਇੱਕ ਸਾਲ ਬਾਅਦ ਜੀ ਉਸ ਤੋਂ ਬਾਅਦ ਮੇਰੇ ਖਿਆਲ 1931 ਜੀ ਇੱਕ ਕਿਤਾਬ ਲਿਖੀ ਸੀਗੀ ਸੋ ਜਿਹੜੀ ਜਿਹੜੀ origignal ਬੁੱਕ ਸੀਗੀ ਉਹ ਪਟਿਆਲਾ ਯੂਨੀਵਰਸਿਟੀ ਚੋਂ ਜਿਹੜੇ ਪ੍ਰੋਫੈਸਰਾਂ ਦਾ ਨਾਮ ਲਿਆ ਇਹਨਾਂ ਨੇ ਉਹਨਾਂ ਨੇ ਲਭੀ ਜੀ ਉਹਦੇ ਚ ਉਹਨਾਂ ਨੇ ਰਿਸਰਚ ਕੀਤੀ ਹੈ ਤੇ ਉਹਦੇ ਆਧਾਰ ਤੇ ਉਹਨਾਂ ਨੇ ਬੁੱਕਸ ਲਿਖੀਆਂ ਨੇ ਰਾਈਟ ਜਿਹੜੇ ਡਾਕਟਰ ਰਾਜਵਿੰਦਰ ਸਿੰਘ ਰਾਹੀ ਨੇ ਤੇ ਜਿਹੜੇ ਸਿੱਧੂ ਸਾਹਿਬ ਨੇ ਸੋ ਸਬੂਤ ਤੇ ਹੈਗੇ ਨੇ ਸਵਾਲ ਤਾਂ ਸਾਰਿਆਂ ਦੇ ਮਨਾਂ 'ਚ ਇਹੀ ਹੈ ਨਾ ਕਿ ਇਹਨੂੰ ਬੜੇ ਸਟ੍ਰੈਟੇਜੀਕਲੀ ਕਿਉਂ ਅਸੀਂ ਇਹਨੂੰ ਆਪਾਸੇ ਕਰ ਰਹੇ ਹਾਂ ਕਿਉਂ ਅਸੀਂ ਇਹਨੂੰ ਗਾਂ ਨਹੀਂ ਲੈ ਕੇ ਆ ਸਕਦੇ ਤੁਸੀਂ ਦੇਖੋ ਸੌਰੀ ਮੇਰੇ ਖਿਆਲ ਮੈਂ ਕੱਟ ਦਿੱਤਾ ਤੁਹਾਨੂੰ ਹਿਊ ਜੌਨਸਟਨ ਪ੍ਰੋਫੈਸਰ ਹੋਏ ਨੇ ਹਾਂਜੀ ਉਹਨਾਂ ਨੇ ਕਿਤਾਬ ਲਿਖੀ ਹੈ ਬੇਸ਼ੱਕ ਉਹਦਾ ਸਿਰਲੇਖ ਕਾਮਾਗਾਟਾ ਮਾਰੂ ਲਿਖਿਆ ਪਰ ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ ਇਹਦਾ ਇਸ ਜਹਾਜ਼ ਦਾ ਨਾਮ ਗੁਰਨਾਨਕ ਜਹਾਜ਼ ਉਹਨਾਂ ਦੇ ਯਾਤਰੀਆਂ ਨੇ ਰੱਖ ਲਿਆ ਸੀਗਾ ਜੀ ਜਦੋਂ ਉਹ ਪੰਜਾਬੀ 'ਚ ਪ੍ਰਿੰਟ ਹੁੰਦੀ ਹੈ ਤੁਸੀਂ ਉਹ ਪੰਜਾਬੀ 'ਚ ਉਹਦਾ ਅਨੁਵਾਦ ਦੇਖੋ ਕਿ ਟਾਈਟਲ ਕਿਦਾਂ ਚੇਂਜ ਹੁੰਦਾ ਹੂੰ ਇਦਾਂ ਹੀ ਮੈਂ ਨਾਮ ਲੈ ਦਿੰਨਾ ਇੱਕ ਪਿਕਸ ਵੱਲੋਂ ਏਸੀ ਗੁਨਾੰਕ ਜਹਾਜ਼ ਤੇ ਕਿਤਾਬ ਲਿਖੀ ਜਾਂਦੀ ਹੈ ਉਹ ਇਦਾਂ ਲੱਗ ਰਿਹਾ ਮੈਨੂੰ ਲੱਗ ਰਿਹਾ ਮੇਰਾ ਰਾਤੀ ਖਿਆਲ ਹੈ ਇਹ ਕਿ ਸ਼ਾਇਦ ਉਹ ਜਿਹੜੀ ਹੂੀ ਜਾਂਸਟਨ ਨੇ ਹੁਣ ਉਹਨੇ ਲਿਖੀ ਸੀ ਉਹਦੀ ਉਹਦੀ ਕਾਪੀ ਹੈ ਥੋੜੀ ਸਜੇ ਖੱਬੇ ਕਰਕੇ ਪਰ ਉਹਦੇ ਵਿੱਚੋਂ ਜਿਹੜੀ ਉਹ ਪਹਿਲੇ ਪੈਰਾਗ੍ਰਾਫ ਚ ਲਾਈਨ ਸੀਗੀ ਨਾ ਗੁਨਾੰਕ ਜਹਾਜ਼ ਉਹ ਕੱਟ ਦਿੱਤੀ ਗਈ ਹੈ ਕਿਸੇ ਵਜ੍ਹਾ ਕਰਕੇ ਜੀ ਹੁਣ ਇਹ ਤਾਂ ਪਿਕਸ ਵਾਲੇ ਆ ਕੇ ਆਪਾਂ ਨੂੰ ਕਾਲ ਕਰਕੇ ਦੱਸਣ ਜੋ ਸੁਣ ਰਹੇ ਨੇ ਜਾਂ ਵੈਸੇ ਤੁਸੀਂ ਉਹਨਾਂ ਨਾਲ ਰਾਬਤਾ ਕਰਿਓ ਕਿ ਲਾਈਨ ਕਿਉਂ ਕੱਟੀ ਆ ਉਹ ਤੁਸੀਂ ਹੂੰ ਮਤਲਬ ਮੈਂ ਉਹੀ ਕਹਿ ਰਿਹਾ ਸੀ ਵੀ ਜਿਹੜਾ ਇਹ ਪਹਿਲਾਂ ਮੈਨੂੰ ਇਹ ਦੱਸੋ ਕਿ ਗੁਰਨਾਨਕ ਜਹਾਜ਼ ਗੁਰਨਾਨਕ ਸਾਹਿਬ ਦੇ ਨਾਮ ਨਾਲ ਕੌਣ-ਕੌਣ ਸ਼੍ਰੀਕ ਹੈ ਇਸ ਨਾਮ ਦਾ ਹੂੰ ਕੌਣ ਨਹੀਂ ਚਾਹੁੰਦਾ ਕਿ ਇਹ ਨਾਮ ਪ੍ਰਚਲਿਤ ਹੋਵੇ ਆਪਾਂ ਉਹਨਾਂ ਨੂੰ ਨੰਗਿਆ ਕਰੀਏ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਹੂੰ ਆ ਡਾਕਟਰ ਮਾਨ ਤੁਸੀਂ ਨਾਲੇ ਗੱਲ ਵੀ ਕਰ ਰਹੀ ਸੀ ਇਸ ਵੇਲੇ ਕਿਉਂਕਿ ਮੈਂ ਵਾਪਸ ਇਸ ਕਰਕੇ ਫਿਲਮ ਲਈ ਆ ਰਹੀ ਹਾਂ ਇਹਦੇ ਲਈ ਬਹੁਤ ਜਲਦੀ ਰਿਲੇਟੇਬਿਲਟੀ ਹੋ ਜਾਂਦੀ ਹੈ ਹੈਨਾ ਬਿਕੋਜ਼ ਉਹ ਸਰੀਚ ਸ਼ੂਟ ਹੋ ਰਹੀ ਹੈ ਤੇ ਤੁਸੀਂ ਵੀ ਯੂ نو ਆਪਣੇ ਵੰਜਾਰਾ ਨੋਮੈਡ ਵੱਲੋਂ ਵੀ ਤੁਸੀਂ ਬੜਾ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹਿ ਕੇ ਗੱਲਬਾਤ ਕਰਨ ਦੀ ਤੇ ਸਾਡਾ ਮੈਨੂੰ ਲੱਗਦਾ ਜਿਹੜੇ ਵੀ ਸਿਨੇਮਾ ਨੂੰ ਵੀ ਪਸੰਦ ਕਰਦੇ ਆ ਐਂਡ ਵੀ ਆਲ نو ਕਿ ਸਿਨੇਮਾ ਕਿੰਨਾ ਇੰਪੈਕਟ ਪਾਉਂਦਾ ਆ ਇਹ ਸਾਨੂੰ ਪਤਾ ਹੈ ਹੁਣੇ ਮਸਤਾਨੇ ਫਿਲਮ ਆਈ ਸੀਗੀ ਉਹ ਵੀ ਤਾਂ ਸੇਮ ਜਸੜ ਹੋਣਾ ਦੀ ਸੀ ਜੀ ਜੀ ਔਰ ਔਰ ਬਹੁਤ ਕਮਾਲ ਦੀ ਤੁਸੀਂ ਆਪ ਦਾ ਮੈਂ ਕਹਾਂ ਜੀ ਆਪਾਂ ਵੈਸੇ ਨਾ ਅਕਲਾ ਤਸੀਮ ਵੀਰ ਜੀ ਦਾ ਨਾਮ ਲਈ ਜਾ ਰਹੇ ਆ ਆਪਾਂ ਵਾਈਟ ਹਿੱਲ ਦਾ ਵੀ ਨਾਮ ਲਈ ਹੈ ਵਾਈਟ ਹਿੱਲ ਆਪਾਂ ਵਿਲੀ ਜਨਤਾ ਦਾ ਵੀ ਲਈ ਹੈ ਆਪਣੇ ਗੁੱਗੀ ਵੱਡੇ ਵੀਰ ਜੀ ਨੇ ਹੋਰ ਵੀ ਲਈ ਹੈ ਹੈ ਨਾ ਤਾਂ ਜਿਹੜੀ ਉਹਦੇ ਵਿੱਚ ਅਰਦਾਸ ਹੋਈ ਸੀਗੀ ਉਹ ਬੜੀ ਪੁਰਾਤਨ ਤੌਰ ਤੇ ਜਿੱਦਾਂ ਨਾ ਅਰਦਾਸ ਪਹਿਲਾਂ ਹੁੰਦੀ ਸੀ ਉਦਾਂ ਹੋਈ ਔਰ ਮਹਾਰਾਜਾ ਰਣਜੀਤ ਸਿੰਘ ਦਾ ਜਦੋਂ ਉਹਦੇ ਵਿੱਚ ਦਿਖਾਉਂਦੇ ਨੇ ਕਿ ਉਹਨਾਂ ਦੀ ਸਵਾਰੀ ਆ ਰਹੀ ਹੈ ਉਹ ਬੜੀ ਕਮਾਲ ਹੋ ਗਈ ਬਹੁਤ ਹੀ ਕਮਾਲ ਉਹਦੇ ਚ ਤਾਂ ਕੋਈ ਸ਼ੱਕ ਨਹੀਂ ਹੈਗਾ ਉਹ ਤਾਂ ਐਸੀ ਤਾਂ ਇਹ ਜੋ ਕਰ ਰਹੇ ਆ ਨਾ ਐਸੀ ਤਾਂ ਇਹਨੂੰ ਇਦਾਂ ਲਾਉਗੇ ਸੀ ਜਿਹੜੇ ਸਾਡੇ ਤੋਂ ਛੋਟੇ ਐ ਸੀ ਉਹਨਾਂ ਨੂੰ ਜੱਫੀ ਪਾ ਕੇ ਪੁੱਛ ਰਹੇ ਆ ਜੀ ਤੇ ਜਿਹੜੇ ਵੱਡੇ ਐ ਉਹਨਾਂ ਨੂੰ ਸਤਕਾਰ ਨਾਲ ਪੁੱਛ ਰਹੇ ਆ ਜੀ ਵੀ ਔਰ ਬੇਨਤੀ ਵੀ ਕਰ ਰਹੇ ਆ ਕਿ ਟਾਈਟਲ ਨਾ ਰੱਖੋ ਕਿਉਂਕਿ ਐਸੀ ਤਾਂ ਫੈਡਰਲ ਗਵਰਨਮੈਂਟ ਨੂੰ ਜਿੱਦਾਂ ਆਪਣੇ ਡਾਕਟਰ ਗੁਰਵਿੰਦਰ ਸਿੰਘ ਦੀ ਗੱਲ ਕਰਦੇ ਸੀਗੇ ਤੇ ਹੋਰ ਵੀ ਪਰਸਨੈਲਿਟੀਆਂ ਨੇ ਐਸੀ ਤਾਂ ਉੱਥੇ ਜਿਹੜਾ ਇਕੱਠ ਕੀਤਾ ਸੀਗਾ 13 ਗੁਰਦੁਆਰਾ ਸਾਹਿਬ ਅਰਦਾਸ ਹੋਈ ਸੀ ਜੀ ਐਸੀ ਤਾਂ ਫੈਡਰਲ ਗਵਰਨਮੈਂਟ ਨੂੰ ਕਹਿ ਰਹੇ ਆ ਕਿ ਤੁਸੀਂ ਆਪਣੀ ਜਿਹੜੀ ਅਪਾਲੋਜੀ ਦਾ ਵੈਰੀ ਗੁੱਡ ਸਟੈਪ ਉਹਨੂੰ ਅਮੈਂਡ ਕਰੋ ਹੂੰ ਉਹਨੂੰ ਰੈਕਟੀਫਾਈ ਕਰੋ ਉਹਦੀ ਸੋਧ ਕਰੋ ਜੀ ਤੇ ਉਹ ਕਿਉਂਕਿ ਜੇ ਮੂਵੀ ਬਣ ਰਹੀ ਹੈ ਹੂੰ ਇਹਦਾ ਮਤਲਬ ਜੇ ਸਾਡੇ ਹੀ ਬਣਾ ਰਹੇ ਨੇ ਹੂੰ ਇਹਦਾ ਮਤਲਬ ਫਿਰ ਆਪਸ ਵਿੱਚ ਇੱਕ ਦੂਜੇ ਨਾਲ ਸਲਾਹ ਕਰ ਲਈ ਹੈ ਨਾ ਬਿਲਕੁਲ ਬਿਲਕੁਲ ਇਹ ਤਾਂ ਸਲਾਹ ਕਰਕੇ ਇੱਕ ਹੋਰ ਮੈਸੇਜ ਆਇਆ ਜੀ ਤੁਹਾਡੇ ਲਈ ਐਂਡ ਇਹਨਾਂ ਦੇ ਲਾਸਟ ਡਿਜੀਟਸ ਨੇ 5007 ਇਹ ਕਹਿ ਰਹੇ ਸਾਨੂੰ ਤਾਂ ਪਤਾ ਹੀ ਅੱਜ ਲੱਗਿਆ ਕਿ ਇਸ ਨਾਂ ਦਾ ਥੈਂਕ ਯੂ ਜੀ ਦੱਸਣ ਲਈ ਨਹੀਂ ਨਹੀਂ ਧੰਨਵਾਦ ਜੀ ਔਰ ਮੈਂ ਆਪਣੇ ਆਪ ਤੇ ਬਹੁਤ ਅਪਲਾਈ ਕਰਦਾ ਹੁਣਾ ਜੀ ਮੈਂ ਕਹਿੰਦਾ ਹੁਣਾ ਜਬ ਜਾਗੋ ਤਵੀ ਸਵੇਰਾ ਹਨਾ ਰਾਜੀ ਡਾਕਟਰ ਮਾਨ ਸਵਾਲਉ ਕਹਿੰਦੇ ਵੀ ਜਦੋਂ ਅਸੀਂ ਕਿਤਾਬਾਂ ਚ ਪੜਦੇ ਹਾਂ ਨਾ ਕਮਾ ਘਾਟਾ ਮਾਰੂ ਹੀ ਆ ਰਿਹਾ ਤੇ ਫਿਰ ਕਿਸ ਨੇ ਬਦਲਿਆ ਕਹਿੰਦੇ ਨਾ ਜਿਹੜਾ ਤੁਸੀਂ ਦੱਸ ਰਹੇ ਗੁਰੂ ਨਾਨਕ ਜਹਾਜ਼ ਜਿੱਦਾਂ ਕਹਿੰਦੇ ਵੀ ਕਿੱਥੇ ਜਾ ਕੇ ਖਰਾਬ ਹੋਇਆ ਸਾਰਾ ਕੁਝ ਕਦੋਂ ਹੋਇਆ ਇਹ ਜਦੋਂ ਗੁਰੂ ਨਾਨਕ ਜਹਾਜ਼ 1914 ਦੇ ਦਰਮਿਆਨ ਜਦੋਂ ਆਪਾਂ ਕਹਿੰਨੇ ਨਾ ਇੱਥੇ ਆ ਗਿਆ ਜੀ ਤੋ ਜਿਹੜੀਆਂ ਬ੍ਰਿਟਿਸ਼ ਕਲੋਨੀਅਲ ਸੀਗੇ ਉਹਨਾਂ ਨੇ ਜਿੱਦਾਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਨਾ ਇਹਨੂੰ ਪੌਪੂਲਰਾਈਜ਼ ਆਨ ਹੀ ਹੋਣ ਦਿੱਤਾ ਕਿਉਂਕਿ ਜੇ ਉਹ ਖਬਰਾਂ 'ਚ ਇਹ ਆਵੇ ਤੁਸੀਂ ਆਪ ਸੋਚ ਕੇ ਦੇਖੋ ਕਿ ਗੁਰੂ ਨਾਨਕ ਜਹਾਜ਼ ਪਾਰ ਨਹੀਂ ਝੜਿਆ ਫੇ ਜਿਹੜਾ ਸਿੱਖ ਫੌਜੀ ਜੀ ਜਾਂ ਜਿਹੜਾ ਮੁਸਲਮਾਨ ਫੌਜੀ ਕੋ ਗੁਰਨਾਨਕ ਨਾਮ ਲੇਵਾ ਤਾਂ ਸਾਰੇ ਧਰਮਾਂ ਦੇ ਲੋਕ ਨੇ ਔਰ ਸਾਰਿਆਂ ਨੇ ਜਿਹੜੀ ਬ੍ਰਿਟਿਸ਼ ਫੋਰਸੇ ਸੀਗੀਆਂ ਕਿਉਂਕਿ ਉਹਨੂੰ ਫਰਸਟ ਵਰਲਡ ਵਾਰ ਦਾ ਟਾਈਮ ਚੱਲ ਰਿਹਾ ਸੀਗਾ ਉਹ ਚੋ ਰਿਵੋਲਟ ਹੋ ਜਾਣਾ ਸੀਗਾ ਤੋ ਉਹਨਾਂ ਦੀ ਤਾਂ ਅਸੀਂ ਸਮਝਦੇ ਹਾਂ ਵੀ ਉਹਨਾਂ ਨੇ ਕਾਤੇ ਕੀਤਾ ਹਮ ਪਰ ਜਿਹੜੀਆਂ ਐਂਟਾਈ ਪੰਜਾਬੀ ਫੋਰਸਿਸ ਕੈਨੇਡਾ ਦੇ ਵਿੱਚ ਨੇ ਜੀ ਉਹਨਾਂ ਨੂੰ ਗੁਰਨਾਨਕ ਜਹਾਜ਼ ਦੇ ਨਾਮ ਨਾਲ ਉਹ ਉਹ ਸਹੀ ਨਾਮ ਕਿਉਂ ਨਹੀਂ ਲੈ ਰਹੀਆਂ ਉਹ ਹਮ ਉਹਨਾਂ ਦੀ ਤੁਸੀਂ ਵੈਬਸਾਈਟਸ ਤੇ ਜਾ ਕੇ ਦੇਖੋ ਮੈਂ ਨਾਮ ਲੈਦਨ ਨਾਲ ਥੋੜੇ ਜਿਹਾ ਉਹ ਐਜ਼ ਅ ਰਿਸਪੈਕਟਫੁਲੀ ਮੈਂ ਕਹਿਣ ਲੱਗਾ ਹਾਂ ਹਮ ਜਿਹੜੀਆਂ ਸਾਡੇ ਡਿਸੈਂਡੈਂਸ ਨੇ ਜਿਹੜੇ ਗੁਰਨਾਨਕ ਜਹਾਜ਼ ਦੇ ਜੀ ਉਹਨਾਂ ਨੇ ਆਪਣੀਆਂ ਵੈਬਸਾਈਟ ਰਜਿਸਟਰ ਕਰਾਈਆਂ ਹੋਈਆਂ ਨਕੋਮਾਗਾਟਾ ਤੇ ਤੀਜੇ ਉਹਨਾਂ ਦੀ ਵੈਬਸਾਈਟ ਸਾਰਿਆਂ ਨੇ ਦੇਖੋ ਜਾ ਕੇ ਤੀਜੇ ਚੌਥੇ ਪੈਰੇ 'ਚ ਜਾ ਕੇ ਲਿਖਦੇ ਆ ਕਿ ਉਹਦਾ ਨਾਮ ਗੁਨਾਰਗ ਜਹਾਜ਼ ਸੀਗਾ ਜੀ ਕਿਸੇ ਨੇ ਆਪਣੀ ਫੋਟੋ ਦੇ ਉੱਪਰ ਲਿਖਿਆ ਹੋਇਆ ਗੁਨਾਰਗ ਜਹਾਜ਼ ਉੱਪਰ ਸਾਈਡ ਦਾ ਨਾਮ ਕਾਮਾਗਾਟਾ ਆ ਮਿਸਲੀਡਿੰਗ ਮਿਸਲੀਡਿੰਗ ਹੈ ਸ਼ੈਤਾਨੀ ਹੈ ਸ਼ੈਤਾਨੀ ਮਨਜਿੰਦਰ ਬੁੱਟਰ ਜੀ ਦਾ ਮੈਸੇਜ ਆਇਆ ਸੀ ਤੁਹਾਡੇ ਲਈ ਉਹ ਕਹਿ ਰਹੇ ਆ ਥੈਂਕਸ ਫॉर ਸ਼ੇਅਰਿੰਗ ਦਿਸ ਇਨਫੋਰਮੇਸ਼ਨ ਬਚਪਨ ਤੋਂ ਹੀ ਕਾਮਾਗਾਟਾ ਮਾਰੂ ਹੀ ਸੁਣਿਆ ਤੁਸੀਂ ਇਹ ਦੇਖ ਲਓ ਹੈਨਾ ਆਪਾਂ ਕਹ ਦੋ ਇੱਕ ਕੰਡੀਸ਼ਨਿੰਗ ਮਾਈਂਡ ਦੀ ਇਦਾਂ ਹੋਈ ਹੋਈ ਹੈ ਕਿ ਅਸੀਂ ਜੋ ਸਾਨੂੰ ਦੈਟ ਇਜ਼ ਵਾਈ ਇਟ ਇਜ਼ ਸੋ ਡੇਂਜਰਸ ਕਿ ਹਿਸਟਰੀ ਚ ਛੇੜ ਛਾੜ ਜੇ ਕਰ ਦਿੱਤੀ ਜਾਵੇ ਤੇ ਤੁਸੀਂ ਆਹ ਦੇਖੋ ਇਹ ਖਾਮਿਆਜ਼ਾ ਇੱਕ ਇਹ ਜੀ ਜਨਰੇਸ਼ਨ ਭੁਗਤ ਰਹੀ ਹੈ ਆਣ ਵਾਲਿਆਂ ਨੂੰ ਤਾਂ ਕਦੀ ਪਤਾ ਹੀ ਨਹੀਂ ਲੱਗਣਾ ਸੋ ਰਾਜ ਜੀ ਡਾਕਟਰ ਮਾਨ ਅਸੀਂ ਇੱਕ ਕਾਲ ਲੈ ਲੈਨੇ ਆ ਜੀ ਬੜੀ ਦੇਰ ਤੋਂ ਕਾਲਰ ਸਾਡੇ ਹੋਲ ਤੇ ਨਹੀਂ ਹਰਜ ਸੰਧੂ ਇਹਨਾਂ ਦਾ ਨਾਮ ਹੈ ਸਤਿ ਸ਼੍ਰੀ ਅਕਾਲ ਹਰਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਵਿੱਚ ਐਡ ਅਪ ਹੀ ਕਰਨਾ ਹੈ ਆਹ ਬੜੇ ਅਸਰ ਆ ਰਹੇ ਕਿ ਆਪ ਸਾਨੂੰ ਇਹ ਚੀਜ਼ ਬਾਰੇ ਨਹੀਂ ਪਤਾ ਸੀ ਕਿ ਮੇਰੇ ਨਾਲ ਜਿਵੇਂ ਗੱਲ ਆਉਣੀ ਹੈ ਸਾਰੇ ਇਹ ਕਹਿਣਗੇ ਬਟ ਮੈਂ ਇੱਕ ਉਹਨਾਂ ਲੋਕਾਂ ਨੂੰ ਜਰੂਰ ਇਹ ਅੰਦਰ ਲੈ ਜਾਣਾ ਜਿਹੜੇ ਹਰ ਚੀਜ਼ ਦੇ ਵਿੱਚ ਤਰਕ ਚਾਹੁੰਦੇ ਆ ਜੇ ਆਪਾਂ ਹਰ ਚੀਜ਼ ਦੇ ਵਿੱਚ ਤਰਕ ਲੱਭਾਂਗੇ ਤਾਂ ਸ਼ਾਇਦ ਆਪਾਂ ਕੱਲ ਨੂੰ ਆਪਣੇ ਬੱਚਿਆਂ ਨੂੰ ਇਹ ਵੀ ਨਹੀਂ ਕਹਿ ਸਕਾਂਗੇ ਕਿ ਰੱਬ ਹੁੰਦਾ ਕਿਉਂਕਿ ਜੇ ਆਪਾਂ ਹਰ ਚੀਜ਼ ਦੇ ਵਿੱਚ ਉਹ ਕਹਿੰਗੇ ਨਾ ਕਿ ਤੁਸੀਂ ਤਰਕ ਦਿਓ ਕਿ ਇਨਾਮ ਕਿੱਥੋਂ ਆਇਆ ਅੱਗੇ ਮੈਨੂੰ ਮੈਂ ਕਹਿੰਦਾ ਕਿ ਮੇਰੀ ਮਾਂ ਦੀ ਬੇਟੀ ਐ ਬੇਟੇ ਨੂੰ ਕੱਲ ਨੂੰ ਕਹੂੰਗਾ ਕਿ ਰੱਬ ਨਾਲ ਦੀ ਕੋਈ ਚੀਜ਼ ਹੁੰਦੀ ਆ ਤੇ ਜੇ ਮੇਰਾ ਬੇਡਾ ਕਾਨੂੰ ਇਹ ਕੁਐਸਚਨ ਕਰੇਗਾ ਕਿ ਚਲੋ ਠੀਕ ਹੈ ਪਾਪਾ ਮੈਂ ਮੰਨ ਲੈਂਦਾ ਤੁਸੀਂ ਮੈਨੂੰ ਪ੍ਰੂਵ ਕਰ ਦੋ ਹਾਂ ਹਰੇਕ ਚੀਜ਼ ਪ੍ਰੂਵ ਨਹੀਂ ਕੀਤੀ ਜਾ ਸਕਦੀ ਠੀਕ ਹੈ ਕਈ ਚੀਜ਼ਾਂ ਆਪਾਂ ਜੁੜੇ ਹੋਏ ਆ ਪਰ ਇਸ ਹਿਸਾਬ ਨਾਲ ਆਪਾਂ ਦਾ ਆਪ ਜੋੜ ਸਕਾਂਗੇ ਤੇ ਨਾਲ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਨਾਲ ਜੋੜ ਸਕਾਂਗੇ ਜੀ ਤੇ ਇਸ ਵੈਟਰ ਕੇ ਆਪਾਂ ਕਈ ਚੀਜ਼ਾਂ ਨੂੰ ਦਿਲ ਤੋਂ ਮੰਨ ਲਈਏ ਕਿ ਵੀ ਹਰ ਚੀਜ਼ ਨੂੰ ਸਾਰਕਲੇ ਲੱਗਦਾ ਹੈ ਥੈਂਕ ਯੂ ਜਰਜੀ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਹਰਜੀਤ ਤੁਹਾਡਾ ਤੇ ਰਾਜੀ ਹਾਂ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਾਂਜੀ ਵੀਰ ਜੀ ਦੀ ਗੱਲ ਮੈਨੂੰ ਅੱਛੀ ਲੱਗੀ ਵੈਸੇ ਉਹਦੇ ਵਿੱਚ ਮੈਂ ਵੀ ਇੱਕ ਕੰਡੀਸ਼ਨ ਕਰਾਂਗਾ ਕਿ ਆਪਾਂ ਤਾਂ ਕੋਈ ਚੀਜ਼ ਲੱਭ ਨਹੀਂ ਰਹੇ ਹੂੰ ਇਹ ਤਾਂ ਐਗਜ਼ਿਸਟ ਕਰਦੀ ਹੈ ਇਹ ਲੁਕੋਈ ਗਈ ਹੈ ਜੀ ਸੋ ਇਸ ਕਰਕੇ ਜਦੋਂ ਆਪਾਂ ਤੁਸੀਂ ਕਿਤੇ ਚਲ ਜਿਓ ਜਿੱਦਾਂ ਮੈਂ ਨਾਮ ਲਿਆ ਨਾ ਗੁਰਨਾਨਕ ਜਹਾਜ਼ ਸਿਕਅਰਿਟੀ ਮਿਊਜ਼ੀਅਮ ਦੇ ਬਾਹਰ ਪੈਨਲਸ ਦੇ ਉੱਪਰ ਲਿਖਿਆ ਹੋਇਆ ਜੀ ਡਾਊਨਟਾਊਨ ਚਲ ਜਿਓ ਕਨਵੈਨਸ਼ਨ ਸੈਂਟਰ ਤੇ ਲਿਖਿਆ ਹੋਇਆ ਜਿਹੜੀਆਂ ਆਪਣੀਆਂ ਯੂਨੀਵਰਸਿਟੀ ਆਫ ਫਰੀਜ਼ਰ ਵੈਲੀ ਦੀਆਂ ਸਾਡੇ ਖੇਤੇ ਦੀਆਂ ਰਕਾਇਦ ਨੇ ਜੀ ਉਹਨਾਂ ਦੇ ਉੱਪਰ ਸਰਲੇਖ ਕਾਮਾਗਾਟਾ ਮਾਰੂ ਲਿਖ ਕੇ ਜੇ ਤੁਸੀਂ ਧਿਆਨ ਨਾਲ ਅੰਦਰ ਪੜ੍ਹ ਲਓ ਤਾਂ ਉੱਥੇ ਗੁਨਾਰਕ ਜਹਾਜ਼ ਗੁਨਾਰਕ ਜਹਾਜ਼ ਲਿਖਿਆ ਹੋਇਆ ਹੂੰ ਸੋ ਮੇਰਾ ਇਹ ਫਰੀਜ਼ਰ ਵੈਲੀ ਯੂਨੀਵਰਸਿਟੀ ਨੂੰ ਵੀ ਸਵਾਲ ਹੈ ਜੇ ਤੁਹਾਨੂੰ ਪਤਾ ਆ ਤੁਹਾਡਾ ਫਿਰ ਜਿਹੜਾ ਰਿਸਰਚ ਐਨਾਲਿਸਿਸ ਕਰਨ ਦਾ ਤਰੀਕਾ ਕੀ ਆ ਜੇ ਤੁਹਾਨੂੰ ਅੰਦਰੋਂ ਪਤਾ ਹੈ ਵੀ ਗੁਨਾਰਕ ਜਹਾਜ਼ ਹੈ ਹੂੰ ਕੌਣ ਯੂਨੀਵਰਸਿਟੀ ਚ ਬੈਠਾ ਹੋਇਆ ਹਮ ਕਿਹੜੀ ਯੂਨੀਵਰਸਿਟੀ ਤੋਂ ਆਇਆ ਹੋਇਆ ਜਿਹੜਾ ਬਾਹਰ ਨਾਮ ਨਹੀਂ ਆਣ ਦੇਣਾ ਚਾਹੁੰਦਾ ਹਮ ਇਸੇ ਤਰ੍ਹਾਂ ਯੂਬੀਸੀ ਚ ਦੇਖੋ ਇਸੇ ਤਰ੍ਹਾਂ ਐਸਐਫਯੂ ਚ ਦੇਖੋ ਅ ਜਿਹੜੀ ਆਪਾਂ ਜਦੋਂ ਆਪਾਂ 10 ਸਟੈਪਸ ਆਫ ਜੈਨੋਸਾਈਡ ਦੇਖਦੇ ਆ ਨਾ ਉਹ ਹਾਲੀਵੁੱਡੀ ਕੀ ਸਟੈਪ ਹੁੰਦੇ ਉਹਦਾ ਸੈਕੰਡ ਸਟੈਪ ਪੜੋ ਹਮ ਕਿ ਜਦੋਂ ਬਾਹਰੋਂ ਤੁਹਾਨੂੰ ਜ਼ੋਰ ਪਾ ਕੇ ਤੁਹਾਨੂੰ ਆਈਡੈਂਟੀਫਾਈ ਕੀਤਾ ਜਾਂਦਾ ਥੈਟ ਇਜ਼ ਅ ਸੈਕੰਡ ਸਟੈਪ ਟੂ ਦਾ ਜੈਨੋਸਾਈਡ ਹਮ ਸੋ ਸਾਡੇ ਮਾਮਲੇ ਵਿੱਚ ਜਿਹੜੇ ਪੰਜਾਬੀ ਨੇ ਜਿਹੜੇ ਪੰਜਾਬੀ ਹਿੰਦੂ ਨੇ ਪੰਜਾਬੀ ਮੁਸਲਮਾਨ ਨੇ ਪੰਜਾਬੀ ਸਿੱਖ ਨੇ ਜੀ ਕੈਨੇਡਾ ਨੇ ਜਾਣੇ ਅਣਜਾਣੇ ਵਿੱਚ ਉਹਨਾਂ ਨੂੰ ਸੈਕੰਡ ਸਟੈਪ ਆਫ ਜੈਨੋਸਾਈਡ ਤੇ ਲਿਜਾ ਕੇ ਖੜਾ ਕਰ ਦਿੰਦਾ ਹੈ ਹਮ ਹਾਂ ਹੈਨਾ ਤੁਸੀਂ ਉਸ ਐਂਗਲ ਤੋਂ ਵੀ ਦੇਖੋ ਇਹਨੂੰ ਰਾਜੀ ਮੈਂ ਇਹਨੂੰ ਬੜੇ ਡਾਕਟਰ ਮੈਂ ਇੱਕ ਸਿੰਪਲ ਜੀ ਚੀਜ਼ ਹੈ ਤੁਸੀਂ ਪਿੰਡ ਦੀ ਗੱਲ ਆ ਲਓ ਜੇ ਮੈਂ ਪਿੰਡ ਤੋਂ ਆਣੀ ਹੁਣ ਮੇਰੇ ਦਾਦੇ ਪਰਦਾਦੇ ਯਾ ਮੇਰੇ ਨਾਨੇ ਆਦਾ ਮੇਰੇ ਦਾਦੇ ਪਰਦਾਦੇ ਦਾ ਪਿੰਡ ਹੈ ਤੁਸੀਂ ਇਮੇਜਿਨ ਕਰੋ ਜਿਹੜੀ ਕਿਉਂਕਿ ਉੱਥੇ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ ਪਿੰਡ 'ਚ ਕਿੰਨੇ ਕਿੰਨੇ ਲੋਕ ਹੈ ਨਾ ਉਹ ਹਿਸਾਬ ਹੁੰਦਾ ਆ ਮੰਨ ਲਓ ਹੌਲੀ ਹੌਲੀ ਕਰਕੇ ਮੈਂ ਇੱਕ ਦਿਨ ਰਿਅਲਾਈਜ਼ ਕਰਦੀ ਆਂ ਆਨ ਵਾਲੀ ਜਨਰੇਸ਼ਨ ਵੀ ਕੋਈ ਮੈਨੂੰ ਕਹਿੰਦਾ ਵੀ ਤੁਸੀਂ ਤਾਂ ਇਸ ਪੈਨਡ ਤੋਂ ਸਿਗਾ ਹੀ ਨਹੀਂ ਤੁਸੀਂ ਸਿਗਾ ਹੀ ਨਹੀਂ ਤੁਹਾਡਾ ਨਾਂ ਹੀ ਨਹੀਂ ਹੈ ਇੱਥੇ ਮਤਲਬ ਕਿਨੇ ਕਨਵੀਨੀਅੰਸ ਨਾਲ ਕਿਸੇ ਨੇ ਮੇਰਾ ਉਸ ਪੈਨਡ ਚੋ ਮੇਰੀ ਪੁਸ਼ਤਾ ਦਾ ਨਾਂ ਜਿਹੜਾ ਮਟਾਤਾ ਔਰ ਤੁਸੀਂ ਆ ਕੇ ਦੇਖੋ ਇੱਕ ਹੋਰ ਮਤਲਬ ਮੇਰੀ ਆਨ ਵਾਲੀ ਬਹੁਤ ਸਾਰੀਆਂ ਜਨਰੇਸ਼ਨਸ ਬਾਅਦ ਇੱਕ ਬੱਚਾ ਆਪਣੀ ਜਿਹੜੀ ਹੈ ਜੇਨੀਓਲੋਜੀ ਲੱਭਦਾ ਲੱਭਦਾ ਪੈਨਡ ਤੇ ਜਾਂਦਾ ਤੇ ਉਹਨੂੰ ਦੱਸਿਆ ਜਾਂਦਾ ਨਹੀਂ ਤੇਰਾ ਤਾਂ ਕੋਈ ਰੱਤਾ ਨਹੀਂ ਇਸ ਪੈਨਡ ਨਾਲ ਤੇਰਾ ਕੋਈ ਲੈਣਾ ਦੇਣਾ ਵੀ ਨਹੀਂ ਹੈ ਤੁਸੀਂ ਉਹ ਸੋਚੋ ਉਹ ਵੀ ਦਰਦ ਮਹਿਸੂਸ ਹੁੰਦਾ ਉਹ ਵੀ ਦੁੱਖ ਲੱ ਮੇਰੀ ਮੇਰੀ ਆਪ ਦੀ ਇੱਕ ਹੋਂਦ ਹੈ ਮੇਰੀ ਆਪ ਦੀ ਐਂਸਿਸਟਰੀ ਹੈ ਨਾ ਉਹ ਮਟਾ ਦਿੱਤੀ ਗਈ ਉਹ ਮੈਂ ਹਿਸਟਰੀ ਨਾਲ ਇਹਨੂੰ ਇੰਨਾ ਨਹੀਂ ਰਿਲੇਟ ਕਰ ਰਹੀ ਜੇ ਸੌਖੇ ਨਾਲ ਕੋਈ ਵੀ ਸਾਡਾ ਲਿਸਨਰ ਇਸ ਗੱਲ ਨੂੰ ਸਮਝੇ ਕਿ ਸੋਚੋ ਵੀ ਮਟਾ ਦੇਣਾ ਕਿਸੇ ਚੀਜ਼ ਨੂੰ ਖਤਮ ਕਰ ਦੇਣਾ ਹੌਲੀ ਹੌਲੀ ਇਹ ਕਿਦਾਂ ਦੁੱਖ ਦਿੰਦਾ ਹੈ ਹਾਂਜੀ ਹਾਂਜੀ ਉਹ ਇਹ ਮੈਨੂੰ ਪਤਾ ਕੀ ਯਾਦ ਆ ਗਿਆ ਹੁਣ ਉਹ ਉਹਦੇ ਵਿੱਚ ਏਦਾਂ ਹੈ ਕਿ ਕੁਝ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ ਆਪਣੀ ਸਦੀਆਂ ਰਹਾ ਹੈ ਦੁਸ਼ਮਨ ਦੌਰੇ ਦਾ ਮਾਂ ہمارا ਤੋ ਜਿਹੜਾ ਸੱਚ ਹੈ ਉਹਨਾਂ ਨੂੰ ਲੁਕਾਇਆ ਨਹੀਂ ਜਾ ਸਕਦਾ ਹਮ ਅ ਔਰ ਇੱਕ ਬਹੁਤ ਦੁੱਖ ਦੀ ਗੱਲ ਹੋਣ ਲੱਗੀ ਆ ਵੈਨਕੂਵਰ ਜਿੱਥੇ ਉਹ ਸਮਾਰਕ ਜਗ੍ਹਾ ਬਣਾਈ ਹੋਈ ਆ ਉਹਦਾ ਪੈਨਲ ਚੇਂਜ ਹੋ ਰਿਹਾ ਆ ਆਉਣ ਵਾਲੇ ਦਿਨਾਂ ਚ ਅ ਸੋ ਮੇਰੀਆਂ ਉਹਨਾਂ ਨਾਲ ਦੋ ਮੀਟਿੰਗਸ ਹੋ ਚੁੱਕੀਆਂ ਨੇ ਔਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਵੀ ਜੋ ਸਹੀ ਨਾਮ ਆ ਉਹ ਲਿਖੋ ਪਰ ਹੁਣ ਜਿਹੜੀ ਸਾਡੀ ਆਈਡੈਂਟੀ ਨੂੰ ਡਿਲੀਊਟ ਜਾਂ ਡਿਲੀਟ ਕਰਨ ਦੀ ਕੋਸ਼ਿਸ਼ ਆ ਹੁਣ ਪੰਜਾਬੀ ਲਫ਼ਜ਼ ਚਾਕੇ ਉੱਥੇ ਸਾਊਥ ਏਸ਼ੀਅਨ ਲਫ਼ਜ਼ ਲਿਖਿਆ ਜਾਏਗਾ ਜੀ ਔਰ ਉਹ ਕੰਦੇਜੀ ਵੀ ਅਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ ਸਿਟੀ ਆਫ ਵੈਨਕੂਵਰ ਇੱਕ ਐਂਟੀ ਰੇਸਿਜ਼ਮ ਇਨੀਸ਼ੀਏਟਿਵ ਲੈ ਰਿਆ ਸਾਊਥ ਈਸਟ ਇਹਨਾਂ ਦੇ ਖਿਲਾਫ ਜਿਹੜੀ ਰੇਸਿਜ਼ਮ ਹੋ ਰਹੀ ਆ ਮੈਂ ਕਹਾਂ ਜੀ ਤੁਹਾਡਾ ਸ਼ਬਦ ਹੀ ਰੇਸਿਸਟ ਆ ਤੇ ਤੁਸੀਂ ਇਹਦੇ ਰੇਸਿਜ਼ਮ ਕਿਦਾਂ ਹਟਾ ਲੂਗੇ ਜੇ ਤੁਹਾਡੀ ਬੁਨਿਆਦ ਹੀ ਰੇਸਿਜ਼ਮ ਤੇ ਖੜੀ ਆ ਫੇਰ ਤੁਸੀਂ ਰੇਸਿਜ਼ਮ ਕਿੱਦਾਂ ਡਿਲੀਟ ਕਰ ਸਕਦੇ ਹੋ ਆਪਾਂ ਜਿਹੜੇ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਆਪਣਾ ਗੁਨਾਹਗ ਜਹਾਜ਼ ਹੈ ਸੋ ਬਾਹਲਾ ਤਾਂ ਮੈਂ ਦੂਸਰੀ ਤਰਫ ਨਹੀਂ ਜਾਵਾਂਗਾ ਜੀ 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 ਡਾਕਟਰ ਮਾਨ ਤੁਸੀਂ ਕਹਿ ਰਹੇ ਸੀ ਤੁਸੀਂ ਅੱਗੇ ਸਵਾਲ ਕੀਤਾ ਸੀ ਮੂਵੀ ਬਾਰੇ ਜੀ ਤੇ ਤੁਹਾਨੂੰ ਟੈਕਸਟ ਵੀ ਆ ਰਹੇ ਨੇ WhatsApp ਤੇ ਵੀ ਸਾਨੂੰ ਅੱਜ ਪਤਾ ਲੱਗਦਾ ਪਿਆ ਹੁਣ ਤੁਸੀਂ ਇਹ ਦੇਖੋ ਵੀ ਅੱਜ ਦੀ ਪੀੜੀ ਜਿਹੜੀ ਹੈ ਹਮ ਉਹਨਾਂ ਨੂੰ ਨਹੀਂ ਪਤਾ ਤੇ ਅੱਜ ਪਤਾ ਲੱਗ ਰਿਹਾ ਤੁਸੀਂ ਸੇਮ ਜੱਸੜ ਤੇ ਟੀਮ ਵਟਪਾਗੀ ਵੇਖੋ ਵੀ ਉਹਨਾਂ ਕੋਲ ਅੱਜ ਮੌਕਾ ਹੈ ਵੀ ਉਹ ਹਿਸਟੋਰਿਕਲੀ ਹਿਸਟਰੀ ਦੇ ਵਿੱਚ ਜੀ ਇੱਕ ਬਲੰਡਰ ਜਿਹੜਾ ਹੋਇਆ ਹੈ ਉਹਨੂੰ ਕਰੈਕਟ ਕਰਕੇ ਉਹਦਾ ਸਹੀ ਨਾਂ ਰੱਖ ਕੇ ਇੱਕ ਫਿਲਮ ਬਣਾ ਦੇਣ ਹਮ ਤੇ ਆਉਣ ਵਾਲੀ ਪੀੜ੍ਹੀ ਐਟ ਲੀਸਟ ਇਹੋ ਜਿਹਾ ਸਵਾਲ ਤੇ ਨਹੀਂ ਪੁੱਛੂਗੀ ਵੀ ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਐਬਸੋਲੂਟਲੀ ਸੋ ਫਿਲਮ ਬਣਾਉਣਾ ਇੱਕ ਸੈਪਰੇਟ ਇਸ਼ੂ ਹੈ ਜਾਂ ਇੱਕ ਸੈਪਰੇਟ ਚੀਜ਼ ਹੋਗੀ ਲੇਕਿਨ हिस्ट्री 'ਚ ਆਪਣਾ ਨਾਮ ਅਰਜ ਕਰਨਾ ਵੀ ਇੱਕ ਐਡੀ ਵੱਡੇ ਬਲੰਡਰ ਨੂੰ ਅਸੀਂ ਕਰੈਕਟ ਕੀਤਾ। ਇਹ ਕਿੱਡੀ ਕਵੱਡੀ ਗੱਲ ਹੋ ਸਕਦੀ ਆ। ਬਿਲਕੁਲ ਜੀ। ਅ ਰਾਜੀ ਤੇ ਡਾਕਟਰ ਮਾਨ ਹੁਣ ਸਮੇਂ ਨੂੰ ਦੇਖਦੇ ਹੋਏ ਕੋਈ ਇਹ ਜੀ ਗੱਲ ਜਿਹੜੀ ਤੁਸੀਂ ਕਹਿਣਾ ਚਾਹੁੰਦੇ ਹੋ ਆ ਜੇ ਤਰਸੇਮ ਜੱਸੜ ਹੋਣਾ ਦੀ ਟੀਮ ਵੀ ਸੁਣ ਰਹੀ ਏ ਸਾਡੇ ਲਿਸਨਰਸ ਵੀ ਸੁਣ ਰਹੇ ਨੇ। ਇਫ देयर इज एनीथिंग ਜਿਹੜੀ ਤੁਸੀਂ ਇਸ ਗੱਲਬਾਤ ਨੋ ਜੀ ਆਪਾਂ ਕਨਕਲੂਡ ਕਰਦੇ ਹਾਂ ਕੁਝ ਕਨਕਲੂਡ ਨਹੀਂ ਹੋ ਸਕਦੀ ਜਿੰਨੀ ਦੇਰ ਕੋਈ ਚੀਜ਼ ਸੋਲਿਡिफाई ਨਹੀਂ ਹੁੰਦੀ ਉਹ ਕਨਕਲੂਡ ਨਹੀਂ ਹੋ ਸਕਦੀ ਹਾਂ ਜਿਹੜਾ ਕੋਈ ਤੁਹਾਡੇ ਵਿਚਾਰ ਨੇ ਜਿਹੜੇ ਤੁਸੀਂ ਰੱਖਣਾ ਚਾਹੁੰਦੇ ਹੋ ਵਿਚਾਰ ਇਹ ਨੇ ਜੀ ਵੀ ਅਸੀਂ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਰਿਕੁਐਸਟ ਕਰ ਰਹੇ ਹਾਂ ਔਰ ਜਿਹੜੇ ਸਾਡੇ ਲਿਸਨਰ ਨੇ ਉਹ ਵੀ ਉਹਨਾਂ ਨੂੰ ਰਿਕੁਐਸਟ ਕਰਨ ਅੱਛੀ ਭਾਸ਼ਾ ਚ ਉਹਨਾਂ ਨੂੰ ਪੁੱਛਣ ਕਿ ਜੇ ਹੋ ਸਕੇ ਤਾਂ ਤੁਸੀਂ ਇਹ ਕਰ ਲੋ ਜੀ ਕਿਉਂਕਿ ਫਰੀ ਇੱਕ ਇਦਾਂ ਦੀ ਜਗ੍ਹਾ ਹੈ ਇੱਥੇ ਦਰਦੇ ਵੀ ਨੇ ਤੇ ਇੱਥੇ ਜਗਦੇ ਵੀ ਨੇ ਜਿੱਦਾਂ ਇੱਕ ਗਾਇਕ ਨੇ ਹੁਣ ਅਮਰੀਕਾ 'ਚ ਘੁੰਮ ਰਹੇ ਨੇ ਜੀ ਉਹ ਹੁਣ ਤੁਸੀਂ ਦੇਖੋ ਕੀ ਹੋਇਆ ਹੈ ਨਾ ਸੋ ਪਰ ਮੈਨੂੰ ਤਰਸੀਮ ਜਸਰ ਕੋਗੀ ਵੀਰ ਜੀ ਬੜੇ ਪਿਆਰੇ ਲੱਗਦੇ ਨੇ ਉਹਨਾਂ ਦੀ ਕਾਮੇਡੀ ਬਹੁਤ ਅੱਛੀ ਹੈ ਪਰ ਜਿਹੜੀ ਉਹਨਾਂ ਨੇ ਅਰਦਾਸ ਕੀਤੀ ਨਾ ਕਮਾਲ ਹੋ ਗਈ ਉਹ ਹੈ ਨਾ ਸੋ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਕਿਉਂਕਿ ਐਸੀ ਜਿਹੜੀ ਬੰਜਾਰਾ ਨੋਮੈਡ ਹੈ ਨਾ ਅਸੀਂ ਕੰਟੈਂਟ ਕਿਊਰੇਟਰ ਆ ਅਸੀਂ ਰਿਸਰਚਰ ਨਹੀਂ ਹੈਗੇ ਸੋ ਅਸੀਂ ਚੀਜ਼ਾਂ ਇਕੱਠੀਆਂ ਪ੍ਰੀਜ਼ਰਵ ਕਰਦੇ ਆ ਲਰਨ ਕਰਦੇ ਆ ਸ਼ੇਅਰ ਕਰਦੇ ਆ ਸੋ ਕੋਈ ਐਸੀ ਇਤਿਹਾਸਕਾਰ ਤਾਂ ਨਹੀਂ ਹੈਗੇ ਪਰ ਸਾਡੇ ਨਾਲ ਉਹ ਜਿਹੜੀਆਂ ਰੌਸ਼ਨ ਰੂਹਾਂ ਜ਼ਰੂਰ ਜੁੜੀਆਂ ਹੋਈਆਂ ਨੇ ਜਿਹਦਾ ਅੱਜ ਡਾਕਟਰ ਸਾਹਿਬ ਆਏ ਹੋਏ ਨੇ ਇਹਦੇ ਡਾਕਟਰ ਗੁਰਵਿੰਦਰ ਸਿੰਘ ਹੁਣੀ ਨੇ ਜੀ ਰਾਜਵਿੰਦਰ ਸਿੰਘ ਰਾਹੀ ਨੇ ਪ੍ਰੋਫੈਸਰ ਸਰਵਜਿੰਦਰ ਸਿੰਘ ਹੁਣੀ ਅੰਮ੍ਰਿਤਸਰ ਤੋਂ ਨੇ ਜੀ ਹੈਨਾ ਇਦਾਂ ਹੀ ਦਾਨਸ਼ ਸਿੰਘ ਨੇ ਵੋਲਫਿਕ ਆਰਗੇਨਾਈਜੇਸ਼ਨ ਤੋਂ ਔਰ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਸਾਰਿਆਂ ਦੇ ਪੇजेस ਤੇ ਜਾ ਕੇ ਦੇਖੋ ਖਾਸ ਕਰ ਕਿਉਂਕਿ ਮੈਂ ਸਿੱਖਿਆ ਹੁਣ ਮੈਂ ਸਿੱਖਿਆ ਗੱਲ ਤੋਂ ਗੱਲ ਕਰਾਂਗਾ ਕਿ ਜਿਹੜੀਆਂ ਆਪਣੇ ਆਪ ਨੂੰ ਪੰਥਕ ਜਥੇਬੰਦੀਆਂ ਕਹਿ ਰਹੀਆਂ ਨੇ ਉਹ ਜਦੋਂ ਇਹ ਦਿਨ ਆਉਂਦੇ ਨੇ ਜੀ ਉਹ ਇਹਨਾਂ ਨੂੰ ਇਸ ਜਹਾਜ਼ ਨੂੰ ਕੀ ਨਾਮ ਲੈ ਕੇ ਮੁਖਾਤਬ ਹੁੰਦੀਆਂ ਨੇ ਇਹਨੂੰ ਗੁਨਾਹਗੋ ਜਹਾਜ਼ ਕਹਿੰਦੀਆਂ ਨੇ ਇੱਦਾਂ ਹੀ ਬੀਸੀ ਸਰਕਾਰ ਨੂੰ ਹੈ ਕਿ ਜਦੋਂ ਤੁਸੀਂ ਉਸ ਸਾਡੀ ਚੜ੍ਹਦੀ ਕਲਾ ਦੇ ਸਫ਼ਰ ਦੀ ਗੱਲ ਕਰਦੇ ਹੋ ਤੁਸੀਂ ਗੁਨਾਹਗੋ ਜਹਾਜ਼ ਉਹ ਕਿਉਂ ਨਾਮ ਡਿਲੀਟ ਕਰ ਦਿੰਦੇ ਹੋ ਜੀ 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 ਬਿਲਕੁਲ ਡਾਕਟਰ ਜਮਾ ਮੈਂ ਤਰਸੀਮ ਜੱਸ ਜੀ ਦਾ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਜੀ ਤੇ ਉਹਨਾਂ ਨੇ ਕਿਹਾ ਜੀ ਕਿ ਮੈਂ ਜਦੋਂ ਯੂਕੇ ਗਿਆ ਤੇ ਮੈਂ ਆਪਣੇ ਘਰ ਨੂੰ ਬਹੁਤ ਯਾਦ ਕਰਦਾ ਸੀ ਕਿਉਂਕਿ ਮੈਂ ਉਸ ਧਰਤੀ ਤੋਂ ਆ ਹਾਂ ਜਿੱਥੇ ਕਿ ਜ਼ਮੀਨ ਸਭ ਤੋਂ ਮਹਿੰਗੀ ਵਿਕੀ ਆ ਜਾਂਦੀ ਹਾਂ ਜੀ ਮਤਲਬ ਉਹਨਾਂ ਕਹਿੰਦੇ ਵੀ ਅਸ਼ਰਫੀਆਂ ਸੋਨੇ ਦੀਆਂ ਸਿੱਧੀਆਂ ਖੜੀਆਂ ਕਰਕੇ ਜਗ੍ਹਾ ਲਈ ਗਈ ਹੈ ਮੈਂ ਉਸ ਥਾਂ ਤੋਂ ਆ ਔਰ ਭਾਵੁਕ ਹੋ ਗਿਆ ਸੀ ਉਹ ਸੋ ਮੈਂ ਇਹੀ ਬੇਨਤੀ ਕਰੂੰਗਾ ਉਹਨਾਂ ਨੂੰ ਕਿ ਵੀਰ ਤੁਸੀਂ ਜਿਹੜੀ ਧਰਤੀ ਦਿਵਾਉਂਦੇ ਹੋ ਨਾ ਬਹੁਤ ਭਾਗਾ ਵਾਲੀ ਧਰਤੀ ਹੈ ਥੋੜੀ ਤੁਸੀਂ ਜਨਮ ਲਿਆ ਉੱਥੇ ਜੀ ਸੋ ਜਸਟੀਫਾਈ ਕਰੋ ਹਿਸਟਰੀ ਨੂੰ ਹਾਂ ਤੇ ਇਹਦਾ ਨਾਮ ਤੁਸੀਂ ਗੁਰੂ ਨਾਨਕ ਜਹਾਜ਼ ਰੱਖ ਕੇ ਇੱਕ ਐਡੀ ਖੂਬਸੂਰਤ ਫਿਲਮ ਬਣਾਓ ਜੀ ਕਿ ਲੋਕ ਜਦੋਂ ਸਿਨੇਮੇ ਘਰਾਂ ਚ ਦੇਖਣ ਜਾਣ ਹਾਂ ਤੇ ਆਪਣੀਆਂ ਜੁੱਤੀਆਂ ਲਾ ਕੇ ਦੇਖਣ ਇੰਨੀ ਰਿਸਪੈਕਟ ਦੇਣ ਇਸ ਫਿਲਮ ਨੂੰ ਬਿਲਕੁਲ ਵੀ ਐਡਾ ਚੰਗਾ ਉਪਰਾਲਾ ਕੀਤਾ ਔਰ ਜਿਹੜਾ ਹਿਸਟੋਰੀਕਲ ਬਲੰਡਰ ਆ ਉਹਨੂੰ ਵੀ ਨਾਲ ਨਾਲ ਕਰੈਕਟ ਕੀਤਾ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਦੋਨਾਂ ਦਾ ਸਮਾਂ ਦੇਣ ਲਈ ਜੇ ਮੈਸੇजेस ਜਿਹੜੇ ਆਉਣਗੇ ਅਸੀਂ ਤੁਹਾਨੂੰ ਫਾਰਵਰਡ ਕਰ ਦਾਂਗੇ ਹੋਰ ਕਿਸੇ ਦੀ ਵੀ ਕੁਇਰੀ ਹੋਵੇ ਤੇ ਆਪਾਂ ਵੈਬਸਾਈਟ ਤੇ ਆਈ ਥਿੰਕ ਉਹ ਜਾਸਾਖਦੇ ਨੇ ਉੱਥੇ ਜਾ ਕੇ ਕੁਇਰੀ ਸ਼ੇਅਰ ਕਰ ਸਕਦੇ ਆ ਜੀ 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 ਆਪਣੇ ਸੋਸ਼ਲ ਮੀਡੀਆ ਤੇ ਨਾ ਬੰਜਾਰਾ ਨੋਮੈਡ ਦੀ ਇੰਸਟਾਗ੍ਰam ਤੇ ਕੁਝ ਪੋਸਟ ਪਾਈਆਂ ਨੇ ਉੱਥੇ ਆਪਣੇ ਖਿਆਲ ਲਿਖ ਸਕਦੇ ਨੇ ਰਾਈਟ ਔਰ ਐਸੀ ਜਿਹੜੇ ਜਿੱਦਾਂ ਪ੍ਰੋਫੈਸਰ ਸਾਹਿਬਾਨ ਨੇ ਕਿਉਂਕਿ ਮੈਂ ਹਿਸਟੋਰੀਅਨ ਤਾਂ ਹੈ ਨਹੀਂਗਾ ਨਾ ਮੈਂ ਤਾਂ ਇੱਕ ਦਰਦ ਲੈ ਕੇ ਆਇਆ ਤੁਹਾਡੇ ਕੋਲ ਨਾ ਸੋ ਐਸੀ ਉਹਨਾਂ ਨਾਲ ਸਲਾਹ ਕਰਕੇ ਉਹਦੇ ਜਵਾਬ ਲਿਖ ਦਾਂਗੇ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ